ਐਸਾ ਗੁਰ ਵੱਡ ਭਾਗੀ ਪਾਇਆ, ਗੁਰ ਵੱਡ ਤਰਲਾ ਪਾਇਆ, ਤਰਲਾ ਮਾਰਗ ਜਿਨੇ ਬਤਾਇਆ, ਭੁੱਲੇ ਮਾਰਗ ਜਿਨੇ ਬਤਾਇਆ, ਭੁੱਲੇ ਮਾਰਗ ਜਿਨੇ ਬਤਾਇਆ, ਭੁੱਲੇ ਮਾਰਗ ਜਿਨੇ ਬਤਾਇਆ, ਗੁਰ ਵੱਡ ਭਾਗੀ ਪਾਇਆ ਐਸਾ, ਗੁਰ ਵੱਡ ਭਾਗੀ ਪਾਇਆ, ਗੁਰ ਵੱਡ ਭਾਗੀ ਪਾਇਆ। ਸ਼ੁਕਰ ਚ ਡੁੱਬ ਜੋ, ਸ਼ੁਕਰ ਚ ਡੁੱਬ। ਭੁੱਲੇ ਮਾਰਗ ਜਿਨੇ ਬਤਾਇਆ, ਭੁੱਲੇ ਮਾਰਗ ਜਿਨੇ ਬਤਾਇਆ, ਭੁੱਲੇ ਮਾਰਗ ਜਿਨੇ ਬਤਾਇਆ, ਭੁੱਲੇ ਮਾਰਗ ਜਿਨੇ ਬਤਾਇਆ। ਬੜੇ ਰਾਹ ਦੱਸੇ ਨੇ ਗੁਰੂ ਤੇਗ ਬਹਾਦਰ ਸਾਹਿਬ ਨੇ, ਜ਼ਿੰਦਗੀ ਦੀ ਨਦੀ ਤਰਨ ਲਈ ਬੜੇ ਰਾਹ ਦੱਸੇ। ਵੀ ਨਾ ਭੁੱਲੇ ਗੁਰੂ ਸ਼ਬਦ ਵੀ ਨਾ ਭੁੱਲੇ ਸਤਿਓਂ ਜੇ ਕੁਝ ਰੂਹਾਂ ਜਿਹੜੀਆਂ ਬਾਪੂ ਨੇ ਫੜੇ ਆ ਵਚਨ ਨਿਕਸ ਇੱਧਰ ਆਓ ਹਾਂ ਆ ਕੇ ਇੰਨੇ ਬੀਬੇ ਬੀਬੇ ਇੱਥੇ ਆਓ ਮੇਰੇ ਕੋਲ, ਇੱਥੇ ਆਓ ਮੇਰੇ ਕੋਲ। ਨਿਕਸ ਰੇ ਪੰਖੀ, ਬੰਦਾ ਕਵੇ ਵੀ ਮੇਰੀ ਗੱਲ, ਮੈਂ ਹੀ ਤੇ ਫਸਿਆ। ਪੰਕਜ ਮੋਹ ਪੱਗ ਨਹੀਂ, ਪੱਗ ਪੱਗ ਨਹੀਂ ਚੱਲੇ, ਦੇਖਿਆ ਨਹੀਂ ਸੀ ਲੋਕਾਂ ਨੂੰ ਫਸਿਆ ਵੇਖਿਆ, ਆਹ ਬੰਦਾ ਤੇ ਮੋਹ 'ਚ ਫਸਿਆ, ਆਹ ਬੰਦਾ ਤੇ ਉੱਚੀ ਬੋਲਿਆ ਕਰੋ ਜੀ, ਆਹ ਪਿੱਛੇ ਤੇਰੇ ਬੈਠੇ ਜਿਹੜੇ ਇਤਨਾ ਕਰ ਰਹੇ, ਤੁਸੀਂ ਵੀ ਸੁਣੋ। ਇੱਥੋਂ ਕੋਈ ਖਾਲੀ ਨਾ ਜਾਵੇ, ਪ੍ਰਭ ਤੁਦੋਂ ਖਾਲੀ ਕਿਉਂ ਨਹੀਂ, ਕਿਉਂ ਰੂਹਾਂ ਗੁਰੂ ਕੋਲ ਆਣ ਕੇ ਖਾਲੀ ਮੁੜ ਜਾਣਾ। ਸੁਰਤ ਕਰਕੇ ਆਓ, ਆਖੋ ਵਾਹਿਗੁਰੂ ਵਾਹਿਗੁਰੂ। ਸਵੇਰੇ ਵੀ ਇੱਕ ਬਚਨ ਆਪਾਂ ਉੱਥੇ ਤੁਹਾਡੇ ਪਿੰਡ ਕੀਤਾ ਹੈ, ਜਿਹੜੀ ਕੜਾਹ ਪ੍ਰਸ਼ਾਦੀ ਦੇਗ ਹੈ ਉਹ ਤੁਹਾਡੇ ਇਸ ਬੁੱਕ ਵਿੱਚ ਪੈਂਦੀ, ਇਸ ਬੁੱਕ 'ਚ ਪੈਂਦੀ, ਸਮਝ ਰਹੇ ਹੋ? ਜਿਹੜਾ ਕੜਾਹ ਪ੍ਰਸ਼ਾਦ ਮਿਲਣਾ ਹੈ ਉਹ ਇਸ ਬੁੱਕ 'ਚ ਮਿਲਣਾ ਹੈ, ਜਿਹੜਾ ਸ਼ਬਦ ਦਾ ਪ੍ਰਸ਼ਾਦ ਮਿਲਣਾ ਹੈ ਉਹ ਇਸ ਬੁੱਕ 'ਚ ਨਹੀਂ ਪੈਣਾ, ਇੱਥੇ ਪੈਣਾ ਹੈ। ਮਗਰ ਉਹਨੂੰ ਟਿਕਾਉਂਦਾ ਕੋਈ ਨਹੀਂ, ਫਿਰ ਭੱਜ ਭੱਜ ਕੇ ਕੋਈ ਕਸਾਈਆਂ ਵੱਲ ਜਾ ਰਿਹਾ ਹੈ, ਮੈਨੂੰ ਇੱਥੋਂ ਸ਼ਾਂਤੀ ਨਹੀਂ ਮਿਲੀ, ਕੋਈ ਰਾਧਾ ਸਵਾਮੀਆਂ ਵੱਲ ਜਾ ਰਿਹਾ, ਕੋਈ ਨਿਰੰਕਾਰੀਆਂ ਕੋਲ, ਡੇਰੇਦਾਰਾਂ ਕੋਲ ਜਾ ਰਿਹਾ, ਕੋਈ ਅਸੰਤੋਸ਼ ਵਾਲਿਆਂ ਕੋਲ ਜਾ ਰਿਹਾ, ਮੈਨੂੰ ਇੱਥੋਂ ਸ਼ਾਂਤੀ ਨਹੀਂ ਮਿਲਦੀ ਆ। ਇੱਥੇ ਤਾਂ ਸ਼ਾਂਤੀ ਹੈ, ਘਰ ਤਾਂ ਤੇਰੇ ਸਭ ਕੁਛ ਆ। ਨਹੀਂ ਉਸ ਤਰ੍ਹਾਂ ਨਹੀਂ ਆਖਿਆ ਗਿਆ ਵਰਿੰਦਰ ਸਿੰਘ, ਘਰ ਤਾਂ ਅਜੇ ਵੀ ਨਹੀਂ, ਕੇਵਲ ਦੁਨੀਆਂ ਦੇ ਸਾਰੇ ਘਰਾਂ 'ਚੋਂ ਸਭ ਕੁਛ ਤਾਂ ਕੇਵਲ ਤੇਰੇ ਘਰ 'ਚ ਆ, ਨਹੀਂ ਪਤਾ ਲੱਗਾ ਪੁੱਤ? ਸਭ ਕੁਛ, ਬਹੁਤ ਕੁਛ ਲੋਕਾਂ ਕੋਲ ਹੋ ਸਕਦਾ, ਸਭ ਕੁਛ ਨਹੀਂ, ਉੱਚੀ ਉੱਚੀ ਬੋਲੋ, ਲੱਕ ਸਿੱਧਾ ਰੱਖੋ, ਬਹੁਤ ਕੁਝ ਲੋਕਾਂ ਕੋਲ ਹੋ ਸਕਦਾ ਹੈ, ਉੱਚੀ ਬੋਲੋ ਸਾਰੇ, ਸਭ ਕੁਛ ਨਹੀਂ। ਬਾਬੇ ਅਮਰਦਾਸ ਨੇ ਕਿਹਾ, ਹੇ ਮੇਰੇ ਅਕਾਲ ਪੁਰਖ, ਘਰ ਤਾਂ ਉਤਰਾ ਨਹੀਂ ਆਖਿਆ ਗਿਆ, ਘਰ ਤਾਂ ਤੇਰੇ ਤੇਰੇ ਹੀ ਕੇਵਲ ਸਭ ਕੁਛ ਆ। ਫਿਰ ਤੁਸੀਂ ਤੇ ਲੈਣ ਆਉਂਦੇ ਹੋ, ਮੈਂ ਲੈਣ ਆਉਂਦੇ ਹਾਂ, ਖਾਲੀ ਕਿਉਂ ਮੁੜਦੇ? ਜਿੱਥੇ ਸਭ ਕੁਛ ਪਿਆ ਉੱਥੋਂ ਖਾਲੀ ਕਿਉਂ ਮੁੜ ਜਾਂਦੇ? ਇੱਥੋਂ ਮਿਲਦਾ ਸ਼ਬਦ ਦਾ ਪ੍ਰਸ਼ਾਦ, ਕਾਹਦਾ ਜੀ? ਅਤੇ ਸ਼ਬਦ ਦਾ ਪ੍ਰਸ਼ਾਦ ਮਿਲਦਾ ਸੁਰਤ ਸੋਚ ਕਰ ਭਾਂਡ ਸਾਲ,
ਸੁਰਤ ਸੋਚ ਕਰ ਭਾਣ ਸਾ। ਜਿਹਨਾਂ ਜਿਹਨਾਂ ਨੂੰ ਪਤਾ ਲੱਗ ਰਿਹਾ, ਮੈਂ ਬੜੀ ਤੁਹਾਨੂੰ ਨਿਮਰਤਾ ਨਾਲ ਬੇਨਤੀ ਕਰਦਾ, ਜਿਹਨੂੰ ਨਹੀਂ ਪਤਾ ਲੱਗਦਾ ਆਪਾਂ ਬਹੁਤੀਆਂ ਗੱਲਾਂ ਹੀ ਨਹੀਂ ਕਰਦੇ, ਇੱਕ ਹੀ ਕਰਦੇ, ਤੁਸੀਂ ਹੱਥ ਖੜਾ ਕਰੋ, ਮੈਨੂੰ ਪਤਾ ਨਹੀਂ ਲੱਗਾ। ਅਸੀਂ ਨਹੀਂ ਰੁਲਣਾ ਕਿਸੇ ਡੇਰੇ 'ਤੇ, ਅਸੀਂ ਨਹੀਂ ਰੁਲਣਾ ਕਿਸੇ ਕ੍ਰਿਸ਼ਚਨ ਦੇ ਬੂਹੇ ਅੱਗੇ। ਅੱਗੋਂ ਹੈ ਗੁਰੂ ਵਾਹਿਗੁਰੂ ਕਰਤਾ, ਅਤੇ ਜੇ ਇੱਥੇ ਸਭ ਕੁਛ ਹੈ ਤਾਂ ਮੈਨੂੰ ਕਿਉਂ ਨਹੀਂ ਮਿਲ ਰਿਹਾ? ਇੱਥੋਂ ਪਤਾ ਲੱਗਾ ਮੇਰਾ ਬੁੱਕ ਹੀ ਨਹੀਂ ਤਿਆਰ ਹੋਇਆ, ਮੇਰੀ ਝੋਲੀ ਤਿਆਰ ਨਹੀਂ ਹੋਈ। ਜੇ ਬਾਬੇ ਅਮਰਦਾਸ ਦੀ ਝੋਲੀ ਇੱਥੋਂ ਭਰੀ ਆ, ਅੱਖੋ ਵਾਹਿਗੁਰੂ, ਬਾਬੇ ਭਾਈ ਲਹਿਣੇ ਦੀ ਝੋਲੀ ਇੱਥੋਂ ਭਰੀ ਆ, ਭਾਈ ਜੇਠੇ ਦੀ ਝੋਲੀ ਇੱਥੋਂ ਭਰੀ ਹੈ, ਮੇਰੀ ਕਿਉਂ ਨਹੀਂ ਭਰ ਰਹੀ? ਆਵਾਜ਼ ਸਾਫ਼ ਨਹੀਂ ਆ ਰਹੀ, ਕਰ ਦਿਓ ਜੀ ਠੀਕ, ਇੱਥੋਂ ਨਾ ਵਧਾਇਓ, ਉਹ ਸਪੀਕਰਾਂ ਦਾ ਮੂੰਹ ਉਹਨੂੰ ਕਰ ਦਿਓ, ਉੱਥੇ ਜਾ ਅੱਖ ਵਾਹਿਗੁਰੂ। ਨਿਕਸਰੇ ਬੱਕੀ ਆਪਣੀ ਰੂਹ ਨੂੰ ਕਹੋ, ਫਸ ਗਈ ਹੈ ਮੋਹ ਮਾਇਆ 'ਚ, ਨਿਕਲ ਜਾ। ਕਹਿੰਦੀ ਮੇਰੇ ਕੋਲ ਖੰਭ ਨਹੀਂ ਹੈਗੇ, ਅੱਖ ਵਾਹਿਗੁਰੂ, ਮੇਰੇ ਕੋਲ ਪਕਸ਼ੀ ਕੋਲ ਖੰਭ ਨਾ ਹੋਣ ਉੱਡ ਨਹੀਂ ਸਕਦਾ। ਅਤੇ ਤੁਸੀਂ ਇਹ ਕਹਿ ਬੈਠੇ ਹੋ ਵੀ ਇਸ ਮੋਹ ਅਤੇ ਤ੍ਰਿਸ਼ਨਾ ਦੇ ਰਸ ਵਿੱਚੋਂ, ਮੋਹ ਦੇ ਚਿੱਕੜ ਵਿੱਚੋਂ ਮੈਂ ਕਿਤਨਾ ਉੱਡਾਂ, ਮੇਰੇ ਕੋਲ ਖੰਭ ਨਹੀਂ ਹੈਗੇ। ਮੇਰਾ ਬਾਬਾ ਕਹਿੰਦਾ ਸਿਮਰ ਸਿਮਰ ਸਿਮਰਨ, ਮਤਲਬ ਸਿਮਰਨ, ਪਾਂਖ ਪੰਖ ਤੇਰੇ ਕੋਲ ਹੈ ਤਾਂ ਸਹੀ, ਜਪਣਾ ਵਾਹਿਗੁਰੂ 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 ਵਾਹਿਗੁਰੂ, ਨਿਕਲ ਜਾ ਨਿਕਲ ਜਾ ਵਾਹਿਗੁਰੂ 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 ਪੁੱਤਰੀਆਂ, ਇਹ ਦੋਹਤੇ ਇਹ ਦੋਹਤਰੀਆਂ, ਇਹ ਭੈਣ ਇਹ ਭਰਾ, ਰੱਬ ਦੀਆਂ ਪੱਕੀਆਂ ਮਿੱਠੀਆਂ ਖਜੂਰਾਂ ਨੇ, ਇਹਨਾਂ ਨੂੰ ਚੂਸਣ ਨੂੰ ਬੜਾ ਦਿਲ ਕਰਦਾ। ਜਿਹਦੇ ਪੋਤਰਾ ਨਹੀਂ ਆਇਆ ਉਹਨੂੰ ਪੁੱਛੋ, ਆਪਣੀ ਮੁਕਤੀ ਮੰਗਣ ਕਦੀ ਗੁਰੂ ਕੋਲ ਨਹੀਂ ਗਿਆ? ਇੱਕ ਫਸੀ ਹੋਈ ਰੂਹ ਨੂੰ ਕਦੀ ਕੱਢਣ ਨੂੰ ਗੁਰੂ ਅੱਗੇ ਅਰਦਾਸ ਨਹੀਂ ਕੀਤੀ?
ਇਸ ਲਈ ਕੀਤੀ ਮੈਨੂੰ ਪੋਤਰਾ ਬਖਸ਼। ਖਜੂਰਾਂ ਪੱਕੀਆਂ ਮਿੱਠੀਆਂ ਬਣੀਆਂ ਨੇ, ਰੱਬ ਖਜੂਰੀ ਪੱਕੀਆਂ ਬਾਣੀ ਆਉਂਦੀ ਨਹੀਂ ਆਉਂਦੀ, ਜਾਂ ਕੋਈ ਗੱਲ ਨਹੀਂ ਸੁਣੋ ਧਿਆਨ, ਰੱਬ ਖਜੂਰੀ ਪੱਕੀਆਂ ਬੋਲੋ ਕਿਹੜੀਆਂ, ਪੁੱਤ ਪੋਤਰੇ ਦੋਤੀਆਂ ਦੋਤਰੇ ਭੈਣ ਭਰਾ, ਇਹ ਰੱਬ ਦੀਆਂ ਪੱਕੀਆਂ ਖਜੂਰੀਆਂ ਨੇ, ਖਜੂਰਾਂ ਹੀ ਨਹੀਂ। ਮੱਖਿਆ ਨਹੀਂ ਵਹਨ, ਗੁੜੀਆ ਕਿੱਧਰ ਵੇ ਨਹੀਂ ਪੁੱਤ ਕਿੱਧਰ ਵੇ ਨਹੀਂ, ਮੱਖਿਆ ਨਹੀਂ ਵਹਨ ਸ਼ਹਿਦ ਦੀ ਨਦੀ ਵਗ ਰਹੀ ਨਾ, ਮੂੰਹ ਮਿੱਠਾ ਹੈ, ਮੂੰਹ ਮਿੱਠਾ ਲਾਇਆ, ਮੂੰਹ ਮਿੱਠਾ ਲਾਇਆ, ਇੰਨਾ ਮਿੱਠਾ ਲੱਗਦਾ ਸਮਝ ਲਓ ਵੀ ਸ਼ਹਿਦ ਦੀ ਨਦੀ 'ਚੋਂ ਕਿਸੇ ਨੇ ਤਰਨਾ ਹੈ, ਮੋਹ ਦੇ ਵਿੱਚੋਂ ਜਿਹੜਾ ਲੰਘਣਾ ਹੈ, ਅਤੇ ਜੇ ਤੁਸੀਂ ਮੋਹ ਦੇ ਵਿੱਚੋਂ ਲੰਘਣਾ ਹੈ ਤਾਂ ਫਿਰ ਤੁਸੀਂ ਇਸ ਤਰ੍ਹਾਂ ਚੰਗਾ ਕਰੋ ਵੀ ਤੁਹਾਡੇ ਕੋਲ ਪੋਤਰੇ ਹੋਣ, ਪੋਤਰੀਆਂ ਹੋਣ, ਦੋਤਰੇ ਹੋਣ, ਅਖ ਵਾਹਿਗੁਰੂ, ਵਾਹਿਗੁਰੂ ਗੁਰੂ ਤੁਹਾਨੂੰ ਬਖਸ਼ੇ। ਇੱਕ ਇਸ਼ਾਰਾ ਦਵਿੰਦਰ ਸਿੰਘ ਕਰ ਗਿਆ ਦਾਸ, ਤੂੰ ਕਦੀ ਆਪਣੀ ਮੁਕਤੀ ਲਈ ਜੋੜੇ ਨਹੀਂ ਚਾੜੇ, ਤੂੰ ਆਪਣੇ ਕਲਿਆਣ ਲਈ ਜੋੜੇ ਨਹੀਂ ਚਾੜੇ, ਤੂੰ ਪੁੱਤ ਪੋਤਰਿਆਂ ਲਈ ਜੋੜੇ ਚਾੜੇ, ਤੂੰ ਪੁੱਤ ਪੋਤਰਿਆਂ ਲਈ ਸੁਖਮਨੀ ਸਾਹਿਬ ਪੜ੍ਹਿਆ, ਪੁੱਤ ਪੋਤਰਿਆਂ ਲਈ ਤੂੰ ਸ੍ਰੀ ਅਖੰਡਪੁਰ ਸਾਹਿਬ ਰਖਾਇਆ, ਫਾਥੇ ਸਹੀ ਨਿਕਲੇ ਬੋਲੋ ਜਿਹੜੇ ਮੋਹ ਮਾਇਆ 'ਚ ਫਸ ਗਏ, ਕੌਣ ਨਿਕਲੇ, ਫਾਥੇ ਸਹੀ ਨਿਕਲੇ ਜੇ ਗੁਰ ਕੀ ਪੈਰੀ ਪਾਏ, ਜੇ ਗੁਰ ਕੀ ਪੈਰੀ ਪਾਏ, ਜਿਹੜੇ ਗੁਰੂ ਦੇ ਚਰਨਾਂ ਨਾਲ ਜੁੜ ਜਾਣਗੇ ਸੁਰਤ ਉੱਡ ਖਲੂਗੀ, ਵਾਹਿਗੁਰੂ 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 ਵਾਹਿਗੁਰੂ, ਨਿਕਲ ਜੋ ਨਿਕਲ ਜੋ ਨਿਕਲ ਜੋ ਨਿਕਸਰੇ ਪੰਖੀ, ਵਾਹਿਗੁਰੂ 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 ਗੁਰੂ, ਤੂੰ ਨੀਚ ਤੂੰ ਨੀਚ ਗੁਰੂ, ਇਹ ਬਾਬੇ ਨਾਨਕ ਦਾ ਘਰ ਹੈ, ਇਹਨੇ ਦੁਨੀਆਂ ਤਾਰੀ ਆ, ਸਿੱਖਾਂ ਨੂੰ ਕਿਉਂ ਨਾ ਤਾਰੂ, ਵਾਹਿਗੁਰੂ।
ਗਰਮੀ ਵੱਲ ਨਾ ਵੇਖਿਓ, ਸ਼ਬਦ ਵੱਲ ਵੇਖੋ, ਠੰਡ ਵਰਤਾ ਦੂਗਾ। ਖਜੂਰੀ ਪੱਕੀਆਂ, ਚੇਤਾ ਕਰੋ ਬਾਬਾ ਫਰੀਦ ਜੀ, ਮਿੱਠੀ ਭਾਸ਼ਾ ਪੰਜਾਬੀ, ਰੱਬ ਦੀਆਂ ਖਜੂਰਾਂ ਪੱਕੀਆਂ ਨੇ। ਕਿਹੜੀਆਂ ਕਿਹੜੀਆਂ? ਭੈਣ ਭਰਾ, ਪੁੱਤ ਪੋਤਰਿਆ, ਪਦਾਰਥ, ਘਰ, ਕੋਠੀਆਂ, ਗੱਡੀਆਂ, ਇਹ ਰੱਬ ਦੀਆਂ ਖਜੂਰਾਂ। ਮੱਖਿਆ ਨਹੀਂ ਵਹਨ, ਮਾਖਿਓ ਦੇ ਸ਼ਹਿਦ ਦੀ ਨਦੀ ਵਗ ਰਹੀ, ਕਿਤਰਾ ਲੰਘੋਗੇ? ਜੇ ਤੇ ਪਕਸ਼ੀ ਹੋਏ, ਜੇ ਤੇ ਪੰਛੀ ਹੋਏ, ਖੰਭ ਲਾ ਲੈ। ਖੰਭ ਵਕੰਦੜੇ ਜੇ ਲਹਾਂ, ਕਿੰਨਾ ਸਾਵੀ ਤੋਲ, ਫਿਰ ਮੈਂ ਫਸਾ ਨਾ। ਤਨ ਜੜਾਈ ਆਪਣੇ, ਜਿਹੜੇ ਕੰਮ ਨੂੰ ਆਈ ਹਾਂ, ਮੈਂ ਸੱਜਣ ਨੂੰ ਮਿਲਣ ਆਈ ਹਾਂ, ਮੇਰੀ ਜਿੰਦ ਪਰਮੇਸ਼ਵਰ ਨੂੰ ਮਿਲਣ ਆਈ ਆ, ਪੁੱਤਰ ਨੂੰ ਨਹੀਂ। ਪੁੱਤਰ ਇਹਨੂੰ ਮਿਲਣ ਕੀ ਹੈ? ਤੇਰੀ ਬਰੀਆ ਨਹੀਂ, ਪੁੱਤਰ ਨੂੰ ਮਿਲਣ ਕੀ ਬਰੀਆ ਨਹੀਂ, ਇਹ ਵੱਡੀ ਗੱਡੀ ਬਣਾਉਣ ਦੀ ਬਰੀਆ ਨਹੀਂ, ਇਹ ਗੋਬਿੰਦ ਮਿਲਣ ਕੀ, ਇਹ ਤੇਰੀ ਬਰੀਆ ਹੈ ਤੇ ਗੋਬਿੰਦ ਤੱਕ ਜਾਣ ਲਈ। ਖੰਭ ਵਕੰਦੜੇ ਜੇ ਲਾ, ਕਿੰਨਾ ਸਾਵੀ ਤੋਲ, ਤਨ ਜੜਾਈ ਵਾਹਿਗੁਰੂ 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 ਵਾਹਿਗੁਰੂ। ਨਿਕਲ ਜੋ ਵੀ ਇੱਕੋ ਹੀ ਰਾਹ ਹੈ, ਕਰਕੇ ਤੇ ਨੰਗੀ ਨਹੀਂ ਜਾਣੀ, ਉੱਡ ਜੋ ਸੁਰ ਤੋਂ ਡਾਲੋ। ਕਾਲਿਆ ਕਾਵਾਂ ਗੰਦ ਖਾਣ ਡਿਆ, ਇੱਥੇ ਮਨ ਨੂੰ ਕਹੋ ਹਾਏ ਹਾਏ। ਮਨ ਮਨ ਸ਼ਬਦ ਵਿੱਚ ਨਹੀਂ ਨਾ ਆਉਣਾ, ਇੱਥੇ ਜਿੱਥੇ ਚੱਲਦਾ ਪੁੱਤ ਉੱਥੇ ਲੈ ਜਾਓ ਬੱਚੇ ਨੂੰ, ਮੇਰੀ ਧੀ ਲੈ ਜਾਓ, ਲੈ ਜਾਓ ਉੱਥੇ ਕ ਲੈ ਜਾਓ ਮੇਰੀ ਧੀ। ਉੱਠ ਉੱਠ ਉਦਮ ਕਰ ਥੋੜ੍ਹਾ ਜਿਹਾ, ਆਖੋ ਵਾਹਿਗੁਰੂ ਵਾਹਿਗੁਰੂ ਬੋਲੋ।
ਬੜਾ ਪਿਆਰਾ ਬਚਨ ਸੀ। ਆਜੋ ਆਜੋ ਉੱਥੇ ਲੈ ਜਾਓ, ਉੱਥੇ ਲੈ ਜਾਓ ਮੇਰੇ ਤੇ। ਕਾਲਿਆ ਕਾਵਾਂ ਉਹ ਮੇਰਿਆ ਮਨਾ, ਕਾਲਿਆ ਕਾਵਾਂ ਤੇ ਕਾਂ ਕੀ ਕਰਦਾ ਹੈ ਤੇ ਅਸੀਂ ਕੀ ਕਰ ਰਹੇ, ਮੁਕਰਦੇ ਹੋ? ਇਹ ਸੁੰਦਰ ਦਾੜੇ ਬਾਜ਼ਾਰ 'ਚ ਜਾ ਕੇ ਗੰਦ ਖਾਂਦੇ, ਅੱਜ ਅਸੀਂ ਜਦੋਂ ਤੁਹਾਡੇ ਉੱਧਰ ਗਏ ਨਹਿਰਾਂ ਦੇ ਪੁਲ ਦੇ ਉੱਤੇ ਗੋਲ ਗੱਪਿਆਂ ਦੀਆਂ ਦੋ ਰੇੜੀਆਂ ਲੱਗੀਆਂ ਅਤੇ ਅੰਮ੍ਰਿਤਧਾਰੀ ਦੋ ਪਰਿਵਾਰ ਮਸਤ ਹੋਏ ਗੋਲ ਗੱਪੇ ਖੰਡ ਹੈ। ਇੱਧਰ ਧਿਆਨ ਦਿਓ, ਦਸ ਨੇ ਗੱਡੀ ਰੋਕ ਲਈ, ਅੱਖ ਵਾਹਿਗੁਰੂ ਦੋਵਾਂ ਪਰਿਵਾਰਾਂ ਨੂੰ ਸੱਦਿਆ, ਕੀ ਖਾ ਰਹੇ ਹੋ? ਗੋਲ ਗੱਪੇ ਖਾ ਰਹੇ। ਮੈਂ ਕਿਹਾ ਇਹਨਾਂ ਨੂੰ ਕਿੰਨੇ ਇਨਵਾਈਟ ਕੀਤਾ ਬਈਆਂ ਨੂੰ ਵੀ ਇੱਥੇ ਲਿਆ ਕੇ ਅਤੇ ਨਹਿਰ ਦੇ ਉੱਤੇ ਗੋਲ ਗੱਪੇ ਲਾਓ, ਇਹ ਤੁਹਾਡੀਆਂ ਨਸਲਾਂ ਖਤਮ ਕਰਨ ਨੂੰ ਆਏ। ਜਿਸ ਬੱਚੇ ਨੇ ਖਟਿਆਈ ਖਾ ਲਈ, ਸੁਣੋ ਨੌਜਵਾਨੋ, ਜੇ ਤੁਹਾਡੇ ਵਿੱਚੋਂ ਵੀ ਕੋਈ ਖਾਂਦਾ ਤਾਂ ਇੱਧਰ ਮੇਰੇ ਵੱਲ ਮੂੰਹ ਕਰ। ਜੇ ਕਿਸੇ ਨੌਜਵਾਨ ਨੇ ਖਟਿਆਈ ਖਾ ਲਈ, ਆਉਣ ਵਾਲੀਆਂ ਜਨਰੇਸ਼ਨਾਂ ਖਤਮ ਹੋ ਜਾਣੀਆਂ। ਗੋਲ ਗੱਪਿਆਂ ਦੀ ਖਟਿਆਈ ਜਾਂ ਖੱਟਾ ਇੱਕ ਨੌਜਵਾਨ ਬੱਚੇ ਲਈ ਇੰਨਾ ਮਾੜਾ ਹੈ, ਐਵੇਂ ਨਹੀਂ ਆਏ ਕਿਸੇ ਨੇ ਲਿਆ ਕੇ ਵਾਲੇ ਨੇ ਤੁਹਾਡੇ ਬੂਹਿਆਂ ਅੱਗੇ, ਇਹਨਾਂ ਨੂੰ ਗੋਲੀ ਨਾ ਮਾਰਿਆ ਹੈ। 84 ਤੋਂ ਲੈ ਕੇ 92 ਤੱਕ ਇਹਨਾਂ ਨੂੰ ਮਾਰ ਮਾਰ ਕੇ ਕਮਾਦ ਲਾਲ ਕਰਤੇ, ਅਸੀਂ ਛੰਬਾਂ ਲਾਲ ਕਰਤੀਆਂ ਗੋਲੀਆਂ ਨਾਲ, ਇਹ ਫਿਰ ਜਿਉਂਦੇ। ਹੁਣ ਗੋਲੀਆਂ ਨਾਲ ਨਾ ਮਾਰੋ ਇਹਨਾਂ ਨੂੰ, ਚੀਜ਼ਾਂ ਉਹ ਖਵਾਓ ਜਿਹਨਾਂ ਨਾਲ ਆਉਣ ਵਾਲੀਆਂ ਨਸਲਾਂ ਹੀ ਖਤਮ ਹੋ ਜਾਣ। ਉਹ ਮੇਰੇ ਕਾਲਿਆ ਕਾਵਾਂ ਗੰਦ ਖਾ ਰਿਹਾ ਹੈ, ਅਤੇ ਜਿਹੜਾ ਭਈਆ ਬਣਾ ਰਿਹਾ ਹੈ ਤੁਹਾਨੂੰ ਪਤਾ ਉਹਦੇ ਮੂੰਹ 'ਚ ਤੰਬਾਕੂ ਆ। ਬਾਬਾ ਜਰਨੈਲ ਸਿੰਘ ਸਾਹਿਬ ਖਾਲਸਾ ਪਿੰਡਰਾਂ ਵਾਲੇ ਕਹਿੰਦੇ ਸੀ ਤੰਬਾਕੂ ਇੰਨੀ ਮਾੜੀ ਚੀਜ਼ ਆ। ਇੱਕ ਵਾਰ ਜੇ ਕੋਈ ਮੈਂ ਨਾਂ ਲੈ ਲਿਆ ਨਾ ਇਹਦਾ, ਅਤੇ ਉਹ ਕਹਿੰਦੇ ਸੀ ਜਿੰਨਾ ਚਿਰ ਜਪਜੀ ਸਾਹਿਬ ਦਾ ਪਾਠ ਨਾ ਕਰੀਏ ਉਹਨਾਂ ਚਿਰ ਰਸਨਾ ਪਵਿੱਤਰ ਨਹੀਂ ਹੁੰਦੀ। ਨਾ ਲਿਆ ਨਾ ਲਿਆ, ਅਤੇ ਤੰਬਾਕੂ ਵਾਲੇ ਦੇ ਹੱਥੋਂ ਜਦੋਂ ਆਪਾਂ ਪੰਜ ਪਿਆਰਿਆਂ ਤੋਂ ਅੰਮ੍ਰਿਤ ਛਕਦੇ ਹਾਂ ਨਾ, ਅੱਖ ਵਾਹਿਗੁਰੂ, ਉਹ ਕਹਿੰਦੇ ਭਾਈ ਕਿਸੇ ਤੰਬਾਕੂ ਵਾਲੇ ਦੇ ਹੱਥੋਂ ਪਾਣੀ ਤੱਕ ਨਹੀਂ ਪੀਣਾ। ਕਹਿੰਦੇ ਕੀ ਹੋ ਗਿਆ ਸਿੱਖਾਂ ਨੂੰ? ਚਲੋ ਫਿਰ ਮੁੜਾ, ਕਾਲਿਆ ਕਾਵਾਂ ਮੇਰਿਆ ਮਨਾ, ਇਸ ਗੰਦ ਚੋਂ ਉੱਡ ਜਾ। ਉੱਡੋ ਨਾ ਕਾਗਾ ਕਾਰੇ, ਬੋਲੋ ਫਿਰ ਬੋਲੋ, ਕਾਰੇ ਬਣੇ ਕਾਲੇ, ਕਾਲਿਆ ਕਾਵਾਂ ਉੱਡ। ਉੱਡੋ ਨਾ ਕਾਗਾ ਕਾਰੇ, ਬੇਗਮ ਲੀਜੇ ਆਪਣੇ ਰਾਮ ਪਿਆਰੇ, ਬੇਗਮ ਨੇ ਛੇਤੀ 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 ਇੱਥੋਂ ਉੱਡ। ਵਾਹਿਗੁਰੂ 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 ਵੇਗ ਛੇਤੀ ਛੇਤੀ ਵਾਹਿਗੁਰੂ 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 ਵਾਹਿਗੁਰੂ।
ਕੇ ਬੋਲੋ ਸਤਨਾਮ ਸ੍ਰੀ ਵਾਹਿਗੁਰੂ। ਕੀ ਕਿਹਾ? ਕਾਲਿਆ ਮੇਰਿਆ ਮਨਾਂ ਕਾਵਾਂ, ਛੇਤੀ ਉੱਡ ਜਾ ਕਿਤੇ ਗੰਦ ਖਾਂਦਿਆਂ ਖਾਂਦਿਆਂ। ਬੀਤ ਜੈ ਹੈ ਬੀਤ ਜੈ ਜਨਮ ਜਨਮ ਆਕਾਸ਼ ਰੇ, ਨਿਸ ਦਿਨ ਸੁਣ ਕੇ ਪ੍ਰਾਣ। ਇੰਨੀ ਬਾਣੀ ਸੁਣੀ ਸਮਝਤ ਨਹਿ ਰੇ ਅਜਾਨ। ਕਾਲਿਆ ਕਾਵਾਂ ਸੁਣ, ਮੇਰਿਆ ਮਨਾਂ ਸੁਣ, ਸਮਝਤ ਨਹਿ ਰੇ ਅਜਾਨ। ਕਾਲ ਤੋਂ ਪਹੁੰਚਿਓ ਹਾਂ ਸ਼ਿਕਾਰੀ ਤੇ ਆਣ ਪਹੁੰਚਿਆ। ਕਹਾਂ ਜੈ ਹੈ ਪਾਜਰੇ, ਕਹਾਂ ਜੈ ਹੈ ਪਾਜਰੇ, ਕਿੱਥੇ ਭੱਜੇਗਾ? ਉੱਡ ਜਾ ਹੁਣ, ਹੁਣ ਉੱਡ ਜਾ ਕਾਲ ਦੇ ਆਉਣ ਤੋਂ ਪਹਿਲੋਂ ਪਹਿਲੋਂ। ਆਪਣੀ ਸੁਰਤ ਨੂੰ ਨੌ ਇੰਦਰੀਆਂ ਵਿੱਚੋਂ ਖਿੱਚ ਲਾ। ਇਹਨੂੰ ਭਗਤ ਰਵਿਦਾਸ ਜੀ ਨੇ ਜੇ ਤੁਸੀਂ ਟਿਕੇ ਹੋ ਤਾਂ ਪਤਾ ਲੱਗਣਾ। ਵੈਸੇ ਪਿੰਡਾਂ ਦੀ ਸੰਗਤ ਨੂੰ ਇਹਨਾਂ ਗੱਲਾਂ ਦਾ ਪਤਾ ਨਹੀਂ ਹੈ। ਗੁਰਮੁਖ ਰੂਹਾਂ ਬੈਠੀਆਂ ਤਾਂ ਕਰ ਰਿਹਾ। ਆਹ ਦੋ ਤਿੰਨ ਭੈਣਾਂ ਵੀ ਮੇਰੀਆਂ ਬੱਚੀਆਂ ਭਾਗਾਂ ਵਾਲੀਆਂ ਸੁਣ ਰਹੀਆਂ, ਨਹੀਂ ਤਾਂ ਇਹ ਕਥਾ ਲੁਧਿਆਣੇ ਦਿੱਲੀ ਜਿਹੜੀਆਂ ਭੈਣਾਂ ਬੱਚੀਆਂ ਆਪ ਬਾਣੀ ਪੜ੍ਹਦੀਆਂ ਬੱਚਿਆਂ ਨੂੰ ਪੜ੍ਹਾਉਂਦੀਆਂ, ਰਾਤੀ ਮੁੱਲਾਂ ਪੂਰਾ ਹੱਥ ਖੜ੍ਹੇ ਕਰਾਏ, ਧੀਓ ਵੀਰੋ ਹੱਥ ਖੜ੍ਹਾ ਕਰੋ, ਕੌਣ ਕੌਣ ਰਹਿ ਰਸ ਪੜ੍ਹਦੇ ਹੋ? 1500-1600 ਦੀ ਸੰਗਤ ਵਿੱਚੋਂ 4 ਬੰਦਿਆਂ ਨੇ ਹੱਥ ਖੜ੍ਹੇ। ਇਸ ਕੌਮ ਦਾ ਬਣਨਾ ਕੀ ਹੈ? ਆਖੋ ਵਾਹਿਗੁਰੂ। ਇੱਕ ਮਾਤਾ ਉਹਨਾਂ ਦੇ ਵਿੱਚੋਂ ਆਈ, ਸੁਣ ਰਹੇ ਪੁੱਤ ਸਾਰੇ? ਉਹਨੂੰ ਪੁੱਛਿਆ ਵੀ ਇਹ ਕੌਣ ਆ ਨਾਲ? ਕਹਿੰਦੀ 14 ਸਾਲਾਂ ਦਾ ਪੁੱਤਰ ਆਇਆ, ਸ਼ਹਿਰ ਨਸੀ, ਮੈਂ ਤੁਹਾਡੇ 'ਚ ਡਿਫਰੈਂਟ ਨਹੀਂ ਪਾਉਂਦਾ। ਕਰਤੂਤ ਦੀ ਇੱਥੇ ਅਮਲਾ, ਇੱਥੇ ਕਰਮ ਦੀ ਸਿਫਤ ਆ, ਕੋਈ ਚੰਗਾ ਕਰਮ ਕਰੇ ਨਾ। ਮੈਂ ਉਹ ਮਾਈ ਦਾ ਐਡਰੈਸ ਦੇਣ ਲੱਗਾ, ਨਾ ਮੈਂ ਮਾਈ ਨਾਲ ਤੁਹਾਨੂੰ ਜੋੜਨ ਲੱਗਾ, ਜੋੜਨਾ ਇੱਕੇ ਨਾਲ। ਆਖੋ ਵਾਹਿਗੁਰੂ। ਮੈਂ ਕਿਹਾ ਮਾਤਾ ਇਹ ਕੌਣ ਆ? ਕਹਿੰਦੀ ਇਹ 14 ਸਾਲ ਦਾ ਮੇਰਾ ਪੁੱਤਰ ਹੈ। ਮੈਂ ਪੋਤਰੇ ਨੂੰ ਲਾਗੇ ਸੱਦਿਆ, ਸੁਣੋ ਸ਼ਹਿਰਾਂ ਅਤੇ ਪਿੰਡਾਂ ਵਿੱਚ ਕਿੰਨਾ ਫਰਕ ਆ। ਮੈਂ ਕਿਹਾ ਪੁੱਤ ਇਹਨੂੰ ਕੋਈ ਬਾਣੀ ਕੰਠ ਆ? ਕਹਿੰਦਾ 5 ਬਾਣੀਆਂ ਕੰਠ ਨੇ। ਸੁਣੋ ਸੁਣੋ, ਦਾਦੀ ਦੀ ਮਿਹਨਤ, ਦਾਦੀ ਦੀ ਮਿਹਨਤ। ਸਾਡੀਆਂ ਪਿੰਡਾਂ ਵਾਲੀਆਂ ਦਾਦੀਆਂ ਆਪ ਨਹੀਂ ਪੜ੍ਹਦੀਆਂ, ਬੱਚਿਆਂ ਨੂੰ ਕਿੱਥੋਂ ਪੜ੍ਹਾਉਣਗੀਆਂ? ਬਾਣੀ ਤੋਂ ਬਿਨਾਂ ਗੁਰੂ ਕੇ ਸਿੱਖੋ ਅਸੀਂ ਮਰ ਜਾਂਗੇ। ਸੱਚੀ ਮੁੱਚੀ ਸਾਨੂੰ ਕੋਈ ਤੋਪ ਨਹੀਂ ਮਾਰ ਸਕਦੀ। ਭੈਣ ਇੱਧਰ ਵੇਖੋ ਪੁੱਤ, ਸਾਨੂੰ ਕੋਈ ਤੋਪ ਨਹੀਂ ਮਾਰ ਸਕਦੀ। ਨਨਕਾਣਾ ਸਾਹਿਬ ਦਾ ਜੰਡ ਸਾਨੂੰ ਸਤਾਉਂਦਾ ਹੈ, ਦਿਖਾਉਂਦਾ ਹੈ। ਨਨਕਾਣਾ ਸਾਹਿਬ ਦਾ ਜੰਡ ਅਜੇ ਤੱਕ ਯਾਦ ਦਿਵਾਉਂਦਾ ਹੈ ਵੀ ਤੋਬਾ ਮੇਰੀ ਸਿੱਖੋ, ਮੇਰੇ ਨਾਲ ਮੈਂ ਗਵਾਹ ਹਾਂ ਵੀ ਤੁਹਾਡੇ ਵੱਡੇ ਭਰਾ ਲਛਮਣ ਸਿੰਘ ਨੂੰ ਪੈਰਾਂ ਤੋਂ ਬੰਨ੍ਹ ਕੇ ਕੇਸ ਲਮਕਾ ਕੇ ਥੱਲਿਓਂ ਅੱਗ ਲਾਤੀ ਸੀ। ਮੈਂ ਗਵਾਹ ਹਾਂ ਵੀ ਅਸੀਂ ਸਾੜ ਕੇ ਵੀ ਨਾ ਤੁਹਾਨੂੰ ਬਚਾ ਸਕੇ, ਮਾਰ ਸਕੇ। ਆਖੋ ਵਾਹਿਗੁਰੂ। ਅਸੀਂ ਰੰਬੀਆਂ ਨਾਲ ਤੁਹਾਨੂੰ ਮਾਰ ਨਾ ਸਕੇ, ਅਸੀਂ ਆਰਿਆਂ ਨਾਲ ਨਾ ਤੁਹਾਨੂੰ ਮਾਰ ਸਕੇ, ਅਸੀਂ ਚਰਖੜੀਆਂ ਨਾਲ ਨਾ ਤੁਹਾਨੂੰ ਮਾਰ ਸਕੇ, ਗੋਲੀਆਂ ਨਾਲ ਨਾ ਮਾਰ ਸਕੇ, ਮਗਰ ਤੁਸੀਂ ਅੱਜ ਮਰਦੇ ਜਾਂਦੇ ਹੋ ਕਿਉਂਕਿ ਬਾਣੀ ਤੋਂ ਟੁੱਟ ਗਏ ਹੋ। ਬਸ ਇੰਨੀ ਕਹਾਣੀ। ਮੇਰੇ ਤਰਲੇ ਦਾ ਤੁਸੀਂ ਕਿੰਨਾ ਕੁ ਅਸਰ ਮੰਨਦੇ ਹੋ ਇਹ ਕੁਦਰਤ ਨੂੰ ਪਤਾ ਹੈ। ਤੜਫ ਰਿਹਾ, ਮਰ ਚੱਲਿਆ ਵਾਂ, 65 ਸਾਲ ਦੀ ਉਮਰ ਹੋ ਗਈ, ਅੱਜ ਨਹੀਂ ਤਾਂ ਕੱਲ੍ਹ ਸਵਾਦ ਛੁੱਟ ਜਾਣਾ। ਤਰਸਦਾ ਜਾਊਂਗਾ ਵੀ ਬਾਣੀ ਪੜ੍ਹਨ ਲੱਗ ਪਣ ਗੁਰੂ ਕੇ ਸਿੱਖ।
ਜਿਨ੍ਹਾਂ ਨੂੰ ਇਹ ਨਹੀਂ ਸਿੱਖਿਆ ਤੁਸੀਂ ਸ਼ਰਾਧ ਕਰਾਓ, ਮੱਸਿਆ ਕਰੋ, ਰੁਮਾਲੇ ਚੜਾਓ, ਸੋਨੇ ਦੇ ਛੱਬੇ ਚੜਾਓ, ਆਖਿਆ ਸੀ ਆਵੋ ਸਿੱਖ ਸਤਿਗੁਰੂ ਕੇ ਪਿਆਰਿਓ, ਬਾਣੀ ਤੋਂ ਟੁੱਟ ਗਏ। ਮੈਂ ਗੁਰਬਾਣੀ ਆਧਾਰ ਹੈ, ਬੋਲੋ ਹਾਂ, ਆਧਾਰ ਮੀਨਜ ਆਸਰਾ, ਮੇਰੀ ਜ਼ਿੰਦਗੀ ਦਾ ਆਸਰਾ ਗੁਰਬਾਣੀ ਹੈ। ਇਹ ਸੁਣਾਉਣ ਦਾ ਮੇਰਾ ਮਕਸਦ ਤਾਂ ਪੂਰਾ ਹੁੰਦਾ, ਜਿਹੜੀ ਜਿਹੜੀ ਬੱਚੀ ਅੱਜ ਸੁਣ ਰਹੀ, ਜੇ ਨਹੀਂ ਪੜ੍ਹਦੀ ਤਾਂ ਕੱਲ੍ਹ ਤੋਂ ਪੜ੍ਹਨੀ ਸ਼ੁਰੂ। ਇਹ ਭੇਟਾ ਹੈ ਮੇਰੀ, ਆਖੋ ਵਾਹਿਗੁਰੂ, ਇਹ ਮੇਰੀ ਦਕਸ਼ਣਾ ਹੈ। ਜਿਹੜੀ ਬਾਣੀ ਨਹੀਂ ਪੜ੍ਹਦੀ ਸੁਣ ਰਹੀ ਹਾਂ, ਜੇ ਜਿਹੜੀ ਬਾਣੀ ਨਹੀਂ ਪੜ੍ਹਦੀ ਕੱਲ੍ਹ ਤੋਂ ਪੜ੍ਹਨੀ ਸ਼ੁਰੂ ਕਰ। ਗੁਰੂ ਦਾ ਵਚਨ ਮੰਨੋ, ਆਖੋ ਵਾਹਿਗੁਰੂ, ਗੱਜ ਕੇ ਬੋਲੋ, ਕਾਲ ਤੋਂ ਉੱਥੇ ਆਣ ਬੈਠਾ। ਤੁਸੀਂ ਵੇਖਿਓ ਕਦੀ, ਬਹੁਤ ਸਾਰੇ ਇਨਸਾਨ ਨੇ ਜਿਹੜੇ ਗਹਿਰੀ ਨੀਂਦ ਵਿੱਚ ਸੁੱਤੇ, ਜਿਨ੍ਹਾਂ ਨੂੰ ਯਾਦ ਨਹੀਂ ਆਈ, ਜਿਨ੍ਹਾਂ ਨੇ ਕਦੀ ਖੰਭ ਲੱਭੇ ਹੀ ਨਹੀਂ, ਵੀ ਜਿਨ੍ਹਾਂ ਨੂੰ ਲਾ ਕੇ ਮੈਂ ਵਾਹਿਗੁਰੂ 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 ਸ੍ਰੀ ਵਾਹਿਗੁਰੂ। ਇੱਕ ਮਿੰਟ ਹੋਰ ਦੇ। ਉਸ ਦਾਦੀ ਨੂੰ ਮੈਂ ਪੁੱਛਿਆ, ਮੈਂ ਕਿਹਾ ਹੋਰ, ਕਹਿੰਦੀ ਇਹਨੂੰ ਪੁੱਛੋ ਨਾ, ਇਹ ਸਾਲ ਦੇ ਵਿੱਚੋਂ 3 ਸਹਿਜ ਪਾਠ ਦੇ ਭੋਗ ਪਾਉਂਦਾ 14 ਸਾਲ ਦਾ। ਸ੍ਰੀ ਸੁਖਮਨੀ ਸਾਹਿਬ ਜਵਾਨੀ ਕੰਠਾ ਮੇਰੇ ਪੋਤਰੇ ਨੂੰ, ਆਓ ਮਾਓ ਤੁਸੀਂ ਵੀ ਘਿਓ ਖਵਾ ਕੇ ਇਹਨਾਂ ਨੂੰ ਬਲਵਾਨ ਨਹੀਂ ਬਣਾ ਸਕਦੇ, ਇਹਨਾਂ ਨੂੰ ਤੁਸੀਂ ਬਦਾਮ ਖਵਾ ਕੇ ਆਪਣੇ ਪੁੱਤ ਪੋਤਰਿਆਂ ਨੂੰ ਬਲਵਾਨ ਨਹੀਂ ਬਣਾ ਸਕਦੇ, ਇਹ ਬਲ ਵਾਲੇ ਬਣ ਸਕਦੇ। ਘਿਓ ਤੁਹਾਨੂੰ ਮੁਬਾਰਕ, ਮੱਖਣ ਤੁਹਾਨੂੰ ਮੁਬਾਰਕ, ਰੱਬ ਨੇ ਬਖਸ਼ਿਆ, ਮਗਰ ਆਤਮਕ ਬਲ ਬੜਾ ਜ਼ਰੂਰੀ ਹੈ। ਆਖੋ ਵਾਹਿਗੁਰੂ, ਬੋਲੋ, ਕਾਲ ਤੋਂ ਉਹ ਤਾਂ ਆਣ ਕੇ ਕੁੰਡੇ 'ਤੇ ਬੂਹੇ 'ਤੇ ਖਲੋਤਾ ਹੈ, ਪਾਹੂ ਘਰ ਆਏ, ਆਉਂਦੀ ਨਹੀਂ ਬਾਣੀ ਪੁੱਤ, ਕਿਸੇ ਨੂੰ ਆਉਂਦੀ ਹੱਥ ਖੜਾ ਕਰੋ, ਪਾਹੂ ਘਰ ਆਏ, ਪਾਹੂ ਘਰ, ਪਾਹੂ ਮੀਨਜ ਪ੍ਰਾਹੁਣੇ, ਤਾਂ ਕਹਿੰਦੇ ਕੋਈ ਗੱਲ ਨਹੀਂ, ਰੋਜ਼ ਹੀ ਆਉਂਦੇ, ਧਿਆਨ ਦਿਓ ਜੀ, ਕੀ ਕਹਿੰਦੇ, ਪ੍ਰਾਹੁਣੇ 'ਤੇ ਰੋਜ਼ ਹੀ ਆਉਂਦੇ, ਰੋਜ਼ ਸੋਫੇ 'ਤੇ ਬੈਠੇ ਹੁੰਦੇ, ਬਦਾਮ ਖਾ ਕੇ ਦੁੱਧ ਪੀ ਕੇ ਚੱਲ ਜਾਂਦੇ, ਮਗਰ ਬਾਬਾ ਕਬੀਰ ਕਹਿੰਦਾ ਇਹ ਉਹ ਪ੍ਰਾਹੁਣੇ ਨਹੀਂ ਹੋ, ਇਹ ਉਹ ਪ੍ਰਾਹੁਣੇ ਨਹੀਂ ਹੋ, ਧਿਆਨ ਦਿਓ, ਇਹ ਉਹ ਪ੍ਰਾਹੁਣੇ ਨਹੀਂ, ਪਾਹੂ ਘਰ ਆਏ, ਮਕਲਾਊ ਆਏ, ਨਹੀਂ ਹਾਂ, ਇਹ ਤੇਰੀ ਜਿੰਦ ਦਾ ਮਕਲਾਵਾ ਲੈਣ ਆਏ ਨੇ, ਬੂਹੇ ਅੱਗੇ ਆਣ ਕੇ ਤੁਹਾਡੇ ਸੋਫਿਆਂ 'ਤੇ ਬੈਠੇ ਨੇ, ਇਹ ਤੇਰੀ ਤਿਆਰੀ ਵੇਖਣ ਡਿਆ, ਤੂੰ ਕਦੋਂ ਆਪਣੇ ਆਪ ਤਿਆਰ ਹੋ ਕੇ ਕਹਿੰਦੀ ਚਲੋ ਚੱਲੀਏ, ਅਤੇ ਜੇ ਤੂੰ ਤਿਆਰ ਹੋ ਕੇ ਨਾ ਤੁਰੀਓ, ਅਤੇ ਨਾ ਵਧੂ ਵਧੀ ਲੈ ਜਾਣਾ, ਵੇਖੋ ਬੰਦਾ ਚੱਲਿਆ ਚੌਂ ਜਣਿਆਂ ਦੇ, ਅਤੇ ਨਾ ਪਿਆਰਿਆਂ ਭਾਈਆਂ ਅੱਗੇ ਦਿੱਤਾ, ਬੰਨ ਕੇ ਲੈ ਲੈ, ਉੱਠੋ ਅੱਜ ਵਾਲੇ ਸ਼ਬਦ ਨੂੰ ਫਿਰ ਇੱਕ ਵਾਰ ਰਿਪੀਟ ਕਰੋ, ਜਿਹੜਾ ਗੁਰਮੁਖਾਂ ਪਿਆਰਿਆਂ ਪੜ੍ਹਿਆ, ਨਿਕਸ ਰੇ ਪੰਖੀ, ਮੇਰੀ ਜਿੰਦ ਇੱਕ ਪਕਸ਼ੀ ਹੈ, ਅਤੇ ਫਸ ਗਈ ਕਾਹਦੇ 'ਚ, ਮੋਹ ਮਾਇਆ 'ਚ, ਇੱਕ ਵਾਰ ਬੋਲੋ,
ਵੈ ਤਰਲਾ ਪਾਉਣਾ ਵੀ ਵੇਖਿਆ ਜੇ ਫਸੀ ਕਿ ਨਹੀਂ ਨਹੀਂ ਰਣਜੀਤ ਕੌਰ ਤੂੰ ਇਕੱਲੀ ਨੇ ਕਹਿਤਾ ਹਾਂ ਭੈਣ ਨੇ ਵੇਖਿਆ ਉਹ ਤੂੰ ਧੀਏ ਤੂੰ ਮਗਰੋਂ ਆਈ ਆਖਰ ਆਪਣੀ ਸੁਰਤ ਨੂੰ ਪੰਕਜ ਮੋਹ ਪਗ ਨਹੀਂ ਚੱਲੇ ਹਮ ਦੇਖ ਲੋਕਾਂ ਨੂੰ ਤਾਂ ਵੇਖਿਆ ਵੀ ਇਹ ਫਸੇ ਨੇ ਆਪਣਾ ਨਹੀਂ ਤੈਨੂੰ ਪਤਾ ਤੂੰ ਵੀ ਤਾਂ ਫਸੀ ਹੈ ਅੱਖ ਵਾਹਿਗੁਰੂ ਸਾਂ ਉੱਥੇ ਬੁੱਢੇ ਵਾਲੇ ਫਸੀ ਬੈਠੇ ਅੱਖ ਵਾਹਿਗੁਰੂ ਬਚਪਨ ਵਿੱਚ ਮੈਂ ਨਿੱਕੇ ਨਿੱਕੇ ਖਿਡੌਣਿਆਂ ਨਾਲ ਖੇਡਦੀ ਸਾਂ ਅਤੇ ਰੱਬ ਦਾ ਉਦੋਂ ਵੀ ਚੇਤਾ ਨਹੀਂ ਸੀ ਖਿਡੌਣਿਆਂ ਨਾਲ ਖੇਡਦੀ ਸਾਂ ਅੱਜ ਵੀ ਖਿਡੌਣਿਆਂ ਨਾਲ ਖੇਡਦੀ ਹਾਂ ਕੇਵਲ ਖਿਡੌਣਿਆਂ ਦਾ ਰੂਪ ਬਦਲਿਆ ਹੈ ਸਾਰਿਆਂ ਨੂੰ ਆਵਾਜ਼ ਆ ਰਹੀ ਜੀ ਖਿਡੌਣਿਆਂ ਦਾ ਅੱਗੇ ਖਿਡੌਣਾ ਨਿੱਕਾ ਜਿਹਾ ਟਰੈਕਟਰ ਸੀ ਅਤੇ ਮੈਂ ਨਿੱਕਾ ਨਿੱਕਾ ਕਰ ਪਰੇ ਹੋ ਜਾ ਦਾਦੀ ਮੈਂ ਪੈਲੀ ਵਾਰਿਆ ਨਾ ਕੋਈ ਪੈਲੀ ਸੀ ਨਾ ਕੋਈ ਫਸਲ ਬੀਜੀ ਜਾਂਦੀ ਸੀ ਬਚਪਨ ਵਿੱਚ ਨਾ ਕੁਛ ਉੱਗਦਾ ਸੀ ਨਾ ਕੁਛ ਬੀਜਿਆ ਜਾਂਦਾ ਮੈਂ ਬਹੁਤ ਸਾਰੀ ਜ਼ਿੰਦਗੀ ਦਾ ਪੀਰੀਅਡ ਲੰਘਾਇਆ ਟਰੈਕਟਰਾਂ ਨਾਲ ਖਿਡੌਣਿਆਂ ਨਾਲ ਖੇਡ ਕੇ ਵੱਡੀ ਹੋਈ ਖਿਡੌਣੇ ਨਵੇਂ ਮਿਲ ਕੇ ਧਿਆਨ ਦਿਓ ਖਿਡੌਣੇ ਕਿਹੋ ਜਿਹੇ ਪੁੱਤ ਮਿਲ ਗਿਆ ਪੋਤਰਾ ਮਿਲ ਗਿਆ ਅਤੇ ਅੱਜ ਵੀ ਸ਼ਬਦ ਤੁਸੀਂ ਉਹੋ ਹੀ ਵਰਤਦੇ ਮੈਂ ਪੋਤਰੇ ਨਾਲ ਖਿਡਾ ਰਹੀ ਹਾਂ ਅਤੇ ਖੇਡ ਰਹੀ ਉਦੋਂ ਵੀ ਖਿਡਾਉਣਾ ਸੀ ਜਿਹਦੇ ਨਾਲ ਖੇਡਦੀ ਸੀ ਤੇਰੀ ਸੁਰਤ ਸੁਣੋ ਅੱਜ ਵੀ ਤੂੰ ਕਹਿੰਦੀ ਹੈ ਮੈਂ ਪੋਤਰੇ ਨੂੰ ਖਿਡਾ ਰਹੀ ਹਾਂ ਅਤੇ ਪੋਤਰੇ ਨਾਲ ਖੇਡ ਰਹੀ ਖੇਡ ਅੱਜ ਵੀ ਤੇਰੀ ਰੂਹ ਰਹੀ ਆ ਨਾ ਟਰੈਕਟਰ ਵਾਲੇ ਖਿਡਾਉਣੇ 'ਚੋਂ ਕੁਝ ਨਿਕਲਣਾ ਸੀ ਨਾ ਪੋਤਰੇ ਵਾਲੇ ਖਿਡਾਉਣੇ 'ਚੋਂ ਕੁਝ ਨਿਕਲਣਾ ਹੈ ਇਹਦੇ 'ਚੋਂ ਨਿਕਲਣਾ ਹੀ ਵਾਹਿਗੁਰੂ 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 ਜੋ ਨਾ ਨਾਭੀ ਨਾਭੀ 'ਚ ਲੈ ਕੇ ਜਾ ਆਨੰਦ ਤਾਂ ਧੁਨੀ ਵਿੱਚ ਗੁਰੂ ਜਾਵੇ ਵਾਹਿਗੁਰੂ 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 ਗਿਰਜਾਂ ਵੇਖੀ ਆਪਾਂ ਵੇਖੀ ਨਵੀਂ ਨਸਲ ਨੇ ਨਹੀਂ ਵੇਖੀ ਮੁੱਕ ਗਈਆਂ ਤੁਸੀਂ ਵੇਖੀਆਂ ਧੀਓ ਗਿਰਜਾਂ ਗਿਰਜ ਇੱਲਾਂ ਜਦੋਂ ਉੱਡਦੀਆਂ ਨਾ ਤੇ ਇੱਕ ਥਾਂ ਤੋਂ ਸਟੇਟ ਜਿੱਥੇ ਖਲੋਤੀਆਂ ਉੱਥੋਂ ਹੀ ਨਹੀਂ ਉੱਡਦੀਆਂ ਉੱਡਣ ਲਈ ਪਹਿਲਾਂ ਦੌੜਦੀਆਂ ਤੁਸੀਂ ਜਦੋਂ ਘਰੋਂ ਤੁਰੇ ਹੋ ਨਾ ਅਤੇ ਦੌੜੇ ਹੋ ਨਹੀਂ ਪਤਾ ਲੱਗਦਾ ਹਿੱਲੋ ਥੋੜ੍ਹਾ ਜਿਹਾ ਮੈਂ ਕੀ ਕਹਿ ਰਿਹਾ ਓਹੋ
ਜਦੋਂ ਤੁਸੀਂ ਘਰੋਂ ਕਦਮ ਪੁੱਟੇ ਨੇ ਤਾਂ ਸਮਝ ਲਓ ਤੁਸੀਂ ਹੁਣ ਉੱਡਣ ਨੂੰ ਦੌੜੇ ਹੋ। ਇੱਥੇ ਆਇਓ, ਇੱਥੋਂ ਹੁਣ ਉਡਾਰੀ ਸ਼ੁਰੂ ਹੋਣੀ, ਆ ਖੰਭ ਮਾਰੇ, ਦੌੜਦੀ ਦੌੜਦੀ ਆਣ ਕੇ ਇੱਥੇ ਫਿਰ ਹੁਣ ਉੱਡਣ ਲੱਗੀ। ਅਤੇ ਜਿੰਨਾ ਚਿਰ ਪੂਰੀ ਨਹੀਂ ਉੱਡ ਗਈ ਉਨ੍ਹਾਂ ਚਿਰ ਖੰਭਾਂ ਦੀ ਜ਼ਰੂਰਤ ਹੈ। ਪੱਟ ਨੇ ਫੜ ਲੈਗੀ ਜਿੰਨਾ ਚਿਰ ਪੂਰੀ ਸੁਰਤ ਨਵਾਂ ਚੋਂ ਨਵਾਂ ਚੋਂ ਤਾਂ ਨਹੀਂ ਚੜ੍ਹ ਗਈ, ਉਹਨਾਂ ਚਿਰ ਵਾਹਿਗੁਰੂ ਦੀ ਵਾਹਿਗੁਰੂ ਦੀ ਮੂੰਹ ਤੋਂ ਉੱਚੀ ਉੱਚੀ ਬੋਲਣ ਦੀ ਜ਼ਰੂਰਤ ਹੈ। ਜਿੱਦਣ ਉੱਤੇ ਚੜ੍ਹ ਗਈ ਆ ਬਜ਼ੁਰਗਾਂ ਨੇ ਵੇਖਿਆ ਫਿਰ ਇਹਨ ਖੰਭ ਨਹੀਂ ਮਾਰਦੀ। ਵੇਖੀ ਜੀ ਕਿ ਨਹੀਂ ਵੇਖੀ? ਇੱਧਰ ਆਉਂਦੀ ਜਿੱਦਣ ਨੂੰ ਮਰਜ਼ੀ ਉੱਡ ਜਾਂਦੀ ਮੀਲਾਂ ਦੀ ਮੀਲ, ਮਗਰ ਆਹ ਨਹੀਂ ਕਰਦੀ ਉਹ। ਜਿੱਦਣ ਤੁਹਾਡੀ ਸੁਰਤ ਕਿਤੇ ਨੌ ਦਰਵਾਜ਼ਿਆਂ ਤੋਂ ਤਾਂ ਚਲੀ ਗਈ, ਵਾਹ ਗੁਰੂ ਫਿਰ ਨਹੀਂ, ਫਿਰ ਤਾਂ ਇੱਕ ਪਾਵਰ ਆ ਗਈ ਅੰਦਰ, ਜਿਹੜੀ ਪਾਵਰ ਨੂੰ ਤੁਸੀਂ ਇਸ਼ਾਰਾ ਕਰਦੇ ਹੋ ਮੈਂ ਪੂਰਬ ਨੂੰ ਜਾਣਾ ਹੈ। ਸਿੱਧਾ ਪੁੱਤ ਮੈਂ ਤਾਂ ਸੱਚਮੁੱਚੀ ਖੰਭ ਵੀ ਨਹੀਂ ਲੱਗੇ, ਤੇਲ ਵੀ ਨਹੀਂ ਪਿਆ ਵਿੱਚ, ਤੇਲ ਵੀ ਨਹੀਂ ਪਿਆ, ਕਿਹੜੀ ਚੀਜ਼ ਲੈ ਗਈ? ਸੁਰਤੀ ਦੀ ਪਾਵਰ ਆ ਗਈ, ਸੁਰਤ ਦੀ ਪਾਵਰ ਆ ਗਈ। ਸੁਰਤੀ ਕੇ ਮਾਰਗ ਚੱਲ ਕੇ ਉਲਟੀ ਨਜ਼ਰ ਪ੍ਰਗਾਸੀ, ਸਭ ਕੁਝ ਉਲਟਾ ਹੋ ਗਿਆ, ਖੰਭ ਦੀ ਜ਼ਰੂਰਤ ਹੀ ਨਹੀਂ ਰਹੀ। ਜਿੱਧਰ ਨੂੰ ਫੁਰਨਾ ਬਣਾਉਂਦੀ ਉੱਧਰ ਜਾਣਾ ਹੈ, ਸੱਚਮੁੱਚੀ ਕਿਹੜੀ ਚੀਜ਼ ਉਹਨੂੰ ਐਨਰਜੀ ਦੇ ਰਹੀ? ਪਹਿਲੋਂ ਇਲ ਵੱਲ ਵੇਖੋ, ਜੇ ਪੜ੍ਹੇ ਲਿਖੇ ਧਿਆਨ ਨਾਲ ਸੁਣ ਰਿਹਾ, ਹੁਣੇ ਕਰ ਦੇਣਾ, ਪੰਜ ਮਿੰਟ ਰਹਿ ਗਏ, ਭੈਣ ਮੁੜਕਾ ਆਉਂਦਾ ਸੀ, ਆਖੋ ਵਾਹਿਗੁਰੂ ਬੋਲੋ। ਐਨਰਜੀ ਉਹਨੂੰ ਕਿਹੜੀ ਚੀਜ਼ ਦੇ ਰਹੀ? ਨਾ ਖੰਭ ਮਾਰੇ, ਨਾ ਉਹਦੇ 'ਚ ਬੈਟਰੀ ਫਿੱਟ, ਨਾ ਉਹਦੇ 'ਚ ਤੇਲ, ਜਹਾਜ਼ 'ਤੇ ਚਲੋ ਉੱਡਦਾ ਉਹਦੇ 'ਚ ਤੇਲ। ਆਖਰ ਜਦੋਂ ਬੰਦਾ ਆਖੋ ਵਾਹਿਗੁਰੂ ਸੁਰਤ ਕਰਕੇ ਇਲ ਵੀ ਸਾਧੂ ਵੀ ਨਾ ਤੁਰਦਾ ਹੈ, ਬਾਬਾ ਨਾਨਕ ਮੱਕੇ ਤੋਂ ਤੁਰ ਕੇ ਨਹੀਂ ਆਇਆ। ਉੱਚੀ ਸੁਰਤ ਰੱਖਿਓ, ਬਾਬਾ ਨਾਨਕ ਉੱਚੀ ਬੋਲੋ। ਭੈਣ ਨੇ ਯਾਦ ਕੀਤਾ, ਪਰੌਂਠਾ ਬਣਾਇਆ ਮੇਥੀ ਵਾਲਾ, ਅੱਜ ਕਿਤੇ ਮੇਰਾ ਵੀਰ ਖਾਂਦਾ, ਕਮਾਲ ਦੀ ਗੱਲ। ਮੱਕੇ ਤੋਂ ਫੁਰਨਾ ਹੀ ਬਣਾਇਆ ਅਤੇ ਚੌਂਕੜਾ ਮਾਰ ਕੇ ਉੱਥੇ ਬੈਠਾ। ਇਹ ਗੱਲਾਂ ਹੈਗੀਆਂ ਨੇ ਗੁਰਮਤਿ ਦੇ ਲਿਟਰੇਚਰ 'ਚ, ਇਹ ਗੁਰਮਤਿ ਦੇ ਰਾਹ 'ਤੇ ਸਭ ਕੁਝ ਹੈਗਾ ਹੈ। ਉੱਠੋ, ਉੱਡ ਸਕਦੇ ਹੋ ਤੁਸੀਂ, ਤੁਸੀਂ ਉੱਡ ਸਕਦੇ ਹੋ, ਤੁਹਾਡੀ ਸੁਰਤ ਉੱਡ ਸਕਦੀ। ਅੱਖਾਂ 'ਚੋਂ ਤਾਂ, ਕੰਨਾਂ 'ਚੋਂ ਤਾਂ, ਚੁਗਲੀ ਸੁਣਨ ਤੋਂ ਤਾਂ, ਚੁਗਲੀ ਕਰਨ ਤੋਂ ਤਾਂ, ਸੁੰਘਣ ਤੋਂ ਤਾਂ, ਮਲ ਮੂਤਰ ਤੋਂ ਤਾਂ, ਇਹ ਸੁਰਤ ਜਾ ਕੇ ਦਸਮ ਵਿੱਚ ਜਿੱਧਰ ਫੁਰਨਾ ਬਣਾਊਗੀ ਉੱਥੇ ਪਹੁੰਚੂ। ਜਿਹੜਾ ਫਲ ਖਾਣਾ ਚਾਹੂਗੀ ਉਹੀ ਫਲ ਖਾ ਲੂ। ਜਿੱਤੜੇ ਫਲ ਮਨ ਬਾਛੀਏ ਤਿੱਤੜੇ ਸਤਿਗੁਰ ਤਨ ਜੜਾਈ ਆਪਣੇ ਲਹਾਸ ਸੱਜਣ ਟੋਲ। ਸੱਜਣ ਕਿਹੜਾ? ਸੱਜਣ ਸੱਚਾ ਪਾਤਸ਼ਾਹ। ਸੁਰਤ ਸੁਰਤ ਉੱਡ ਕੇ ਇੱਕ ਛਿਨ ਵਿੱਚ ਸੱਜਣ ਦੇ ਕੋਲ ਜਾ ਸਕਦੀ। ਸੁਰਤ ਸਰੀਰ ਚੋਂ ਉੱਡ ਕੇ ਇੱਕ ਮਿੰਟ ਲਈ ਗੁਰੂ ਗੋਬਿੰਦ ਸਿੰਘ ਦੇ ਚਰਨ ਘੁੱਟ ਕੇ ਫੜ ਸਕਦੀ। ਆਨੰਦਪੁਰ ਸਾਹਿਬ ਜਾਣ ਦੀ ਜ਼ਰੂਰਤ ਨਹੀਂ, ਇੱਥੇ ਬੈਠੇ ਚਰਨ ਫੜ ਸਕਦੇ ਹਾਂ। ਜੇ ਐਸਾ ਹੋਵੇ ਤੇ ਕੀ? ਪਹਿਲੋਂ ਗੁਰਦੁਆਰੇ ਨੂੰ ਦੌੜੋ, ਕਦਮਦਾਰ ਕਦਮ ਚਰਨ ਚੱਲੋ ਮਾਰਗ ਗੋਬਿੰਦ।
ਇੱਥੇ ਆਣ ਕੇ ਸੰਗਤ 'ਚ ਵੀ ਕੇ ਫਿਰ ਖੰਭਾਂ ਨਾਲ ਉੱਡੋ। ਇਹ ਸੁਰਤ ਉੱਡਣ ਲਈ ਮਾਰੇ ਜਾ ਰਹੇ ਵੀ ਸੁਰਤ ਉੱਥੇ ਤਿੱਥੇ ਊਂਗ ਨਾ ਭੁੱਖ ਹੈ ਜਿੱਥੇ ਆਤਮ ਰਾਮ ਪਰਗਾਸ। ਕਈ ਕਈ ਦਿਨ ਸਿਆਣੇ ਕਹਿੰਦੇ ਆ ਵੀ ਇਲ ਅਸਮਾਨ ਵਿੱਚ ਰਹਿੰਦੀ ਡੇਰੇ ਵਾਲ, ਇਲ ਥੱਲੇ ਨਹੀਂ ਆਉਂਦੀ, ਪਾਣੀ ਕਿੱਥੋਂ ਪੀਂਦੀ, ਸੌਂਦੀ ਕਿੱਥੇ ਆ? ਜਦੋਂ ਸੁਰਤ ਉੱਥੇ ਚੱਲ ਜਾਂਦੀ ਨਾ ਫਿਰ ਨੀਂਦ ਆਉਂਦੀ ਨਾ ਭੁੱਖ ਲੱਗਦੀ। ਗੁਰੂ ਰਹਿਮਤਾਂ ਕਰੇ ਮੇਰੀਆਂ ਧੀਆਂ ਦੀ ਝੋਲੀ 'ਚ ਦਾਨ ਪਾਵੇ, ਅਸੀਂ ਆਪਣੇ ਘਰੋਂ ਹੀ ਸ਼ਹਿਨਸ਼ਾਹ ਬਣੀਏ, ਨਾ ਕਿ ਕਿਸੇ ਦੇ ਬੂਹੇ ਅੱਗੇ ਜਾਈਏ। ਜਦੋਂ ਸਿੱਖ ਕਿਸੇ ਦੇ ਬੂਹੇ ਅੱਗੇ ਜਾਂਦਾ ਹੈ ਨਾ, ਤਾਂ ਬਾਬੇ ਫਰੀਦ ਨੇ ਧਾ ਮਾਰ ਕੇ ਆਖਿਆ ਸੀ, ਫਰੀਦਾ ਬਾਰ ਪਰਾਇਆ ਬੈਸਣਾ ਸਾਈਂ ਮੁਝੇ ਨਾ ਦੇ। ਅਤੇ ਸੱਚੀ ਮੁੱਚੀ ਗੁਰਦੁਆਰੇ ਦਾ ਘਰ ਛੱਡ ਕੇ ਭਾਵੇਂ ਗੋਲ ਪੱਗ ਵਾਲੇ ਦਾ ਡੇਰਾ, ਤਾਂ ਵੀ ਪਰਾਇਆ ਘਰ ਆ, ਉਹ ਤੇਰਾ ਨਹੀਂ, ਉਹ ਡੇਰਾ ਕਿਸੇ ਪਰਸਨਲ ਦਾ ਹੈ। ਪਤਾ ਲੱਗਾ ਪੁੱਤ ਡੇਰਾ ਕਿਸੇ, ਉੱਚੀ ਬੋਲੋ, ਪਰਸਨਲ ਇਨਸਾਨ ਦਾ ਹੈ, ਉੱਥੇ ਉਹਦੀ ਚੱਲ ਰਹੀ ਹੈ, ਡੇਰੇਦਾਰ ਦੀ ਚੱਲ ਰਹੀ ਹੈ। ਅਤੇ ਤੁਸੀਂ ਇਹ ਵੀ ਰੋਏ ਹੋ ਗੁਰੂ ਅੱਗੇ, ਮੇਰੇ 'ਤੇ ਇੰਨੀ ਕਿਰਪਾ ਕਰ ਮੈਂ ਗੁਰਦੁਆਰੇ ਤੋਂ ਬਿਨਾਂ ਕਿਤੇ ਜਾਵਾਂ ਹੀ ਨਾ। ਜਦੋਂ ਮੇਰੇ ਕਦਮ ਚੱਲਣ ਚਰਨ ਚੱਲੋ ਗੋਬਿੰਦ ਦੇ ਘਰ 'ਚ, ਗੁਰਦੁਆਰੇ ਆਵਾਂ। ਪਕੜ ਰਹੇ ਹੋ ਪੁੱਤ, ਲਿਖ ਲਿਆ ਜੇ ਸੁੱਤ ਦੇ ਕਾਗਜ਼ 'ਤੇ ਵੀ ਅਸੀਂ ਕਿਸੇ ਪਰਸਨਲ ਜਿਸ ਬੰਦੇ ਦਾ ਡੇਰਾ ਹੈ, ਆਖੋ ਵਾਹਿਗੁਰੂ। ਜਿਹੜਾ ਕਦੀ ਅਕਾਲੀਆਂ ਵੱਲ ਭੱਜ ਜਾਂਦਾ ਅਤੇ ਕਦੀ ਕਾਂਗਰਸ ਵੱਲ ਭੱਜ ਜਾਂਦਾ, ਕਦੀ ਵੋਟਾਂ ਦੇ ਸੌਦੇ ਕਰਦਾ ਹੈ, ਆਖੋ ਵਾਹਿਗੁਰੂ। ਉੱਚੀ ਬੋਲੋ, ਮੈਂ ਉਹਨਾਂ ਡੇਰਿਆਂ 'ਤੇ ਨਾ ਜਾਵਾਂ ਆਹ ਜਿਹੜਾ ਸੌਦਾ ਨਹੀਂ ਕਰਦਾ ਕਿਸੇ ਨਾਲ, ਆਪਣੀ ਜਗ੍ਹਾ 'ਤੇ ਅਡਿੱਗ ਖਲੋਤਾ ਹੈ, ਇਹ ਨਹੀਂ ਜਾਂਦਾ ਨਾ ਕਿਸੇ ਕਾਂਗਰਸੀ ਕੋਲ ਨਾ ਅਕਾਲੀ ਕੋਲ ਜਾਂਦਾ, ਸਗੋਂ ਇਹਦੇ ਕੋਲ ਲੋਕ ਆਉਂਦੇ। ਲੱਕ ਸਿੱਧਾ ਕਰੋ, ਸੁਚੇਤ ਹੋ ਜਾਓ, ਨਿਕਸ ਰੇ ਪੰਖੀ ਸਿਮਰ ਹਰ ਪਾਂਖ, ਖੰਭ ਕਾਹਦੇ ਲੱਗਣੇ ਸਿਮਰਨ ਦੇ। ਸੱਚੀ ਮੁੱਚੀ ਸੁਰਤ ਇਹ ਅੱਖਾਂ ਤੋਂ ਕੰਨਾਂ ਤੋਂ ਜੀਭਾਂ ਤੋਂ, ਇਹਨੂੰ ਭਗਤ ਰਵਿਦਾਸ ਨੇ ਕਿਹਾ ਘੱਟ ਅਵਗਟ ਡੂੰਗਰ ਕਣਾ। ਬਰੀਕ ਆ ਸ਼ਬਦ ਮੈਨੂੰ ਪਤਾ, ਪਿੰਡਾਂ ਵਾਲਿਆਂ ਨੂੰ ਤਾਂ ਉਹ 'ਚ ਪਤਾ ਲੱਗਦਾ ਹੈ। ਅਤੇ ਮਾਈਆਂ ਨਾਲ ਗਾਉਂਦੀਆਂ ਰੋਂਦੀਆਂ ਜਾਂਦੀਆਂ ਸਾਹਿਬਜ਼ਾਦਿਆਂ ਦੀਆਂ ਕਥਾ ਸੁਣ ਕੇ, ਆਖੋ ਵਾਹਿਗੁਰੂ। ਇਹ ਥੋੜ੍ਹੀ ਜਿਹੀ ਤਾਂ ਦੀ ਗੱਲ ਆ, ਗੁਰੂ ਬੋਲ ਰਿਹਾ, ਪਰਮਜੀਤ ਸਿੰਘ ਦੀ ਇੰਨੀ ਕਰਤੂਤ ਨੇ, ਰਸਨਾ 'ਤੇ ਬੈਠਾ ਆਪ ਮਾਲਕ ਕਹਿ ਰਿਹਾ ਬਾਣੀ ਦੇ ਬਚਨ, ਆਖੋ ਵਾਹਿਗੁਰੂ। ਤੁਸੀਂ ਸਮਝਣ ਦੀ ਕੋਸ਼ਿਸ਼ ਕਰੋ, ਜੋ ਅੱਖਾਂ ਨਾਲ ਦਿਸਦਾ ਹੈ ਉਹ ਨਾਸ਼ਵੰਤ ਆ, ਫਿਰ ਜੁੜਦੇ ਕਿਉਂ ਜੇ? ਜੋ ਕੰਨਾਂ ਨਾਲ ਸੁਣਦਾ ਹੈ ਉਹ ਨਾਸ਼ਵੰਤ ਆ, ਆਖੋ ਵਾਹਿਗੁਰੂ। ਉਹਨੂੰ ਇੱਥੇ ਜਾ ਕੇ ਇਹਨਾਂ ਅੱਖਾਂ ਦੀ ਜ਼ਰੂਰਤ ਨਹੀਂ ਪਤਾ ਲੱਗਦਾ, ਨਹੀਂ ਅਜੇ ਇੱਥੇ ਨਹੀਂ ਗਏ, ਇਹਨੂੰ ਕਹਿ ਰਹੇ ਮਾਸਟਰ ਨੂੰ, ਇੱਥੇ ਤੱਕ ਨਹੀਂ ਪਹੁੰਚੇ, ਆਖੋ ਵਾਹਿਗੁਰੂ। ਸੁਣੋ, ਜਿਹੜਾ ਦਸਵੇਂ 'ਚ ਬੈਠਾ ਹੈ ਨਾ ਚੌਂਕੜਾ ਮਾਰ ਕੇ, ਉਹਨੂੰ ਇੰਨਾ ਅੱਖਾਂ ਨੇ ਨਹੀਂ ਅੱਖਾਂ ਵਾਜੋਂ ਵੇਖਣਾ। ਉੱਚੀ ਬੋਲੋ ਹਾਂ, ਜਿਹਨੂੰ ਬਾਣੀ ਆਉਂਦੀ ਬਣਾ, ਵਿਣ ਤੇ ਜੀਭੇ ਵਾਜੋਂ ਬੋਲਣਾ, ਤਿੰਨੇ ਹੀ ਗਈਆਂ, ਅੱਖਾਂ ਵੀ ਗਈਆਂ ਕੰਨ ਵੀ ਗਏ, ਜ਼ਰੂਰਤ ਹੀ ਨਹੀਂ। ਹੁਣ ਵਾਜੇ ਸ਼ਬਦ ਅਨਾਹਦ ਬਾਣੀ, 24 ਘੰਟੇ ਉੱਥੇ ਅਨਹਦ ਨਾਦ ਹੋ ਰਿਹਾ ਹੈ, ਤੇ ਜੀਵ ਆਤਮਾ ਫਿਰ ਜੁੜ ਕੇ ਉਹਨੂੰ ਸੁਣਦੀ।
ਆਨੰਦ ਮਾਣਦੀ, ਆਨੰਦਿਤ ਹੋ ਕੇ ਉੱਠਦੀ। ਅੱਜ ਵਾਲੇ ਬਚਨ ਵਿੱਚ ਸਤਿਗੁਰੂ ਗਰੀਬ ਨਿਵਾਜ ਨੇ ਆਖੋ ਵੇ ਗੁਰੂ ਉੱਡ ਜੋ, ਉੱਡ ਸਕਦੇ ਹੋ, ਉੱਡ ਸਕਦੇ ਹੋ ਤੁਸੀਂ। ਇਹ ਮੈਂ ਗੁਰੂ ਦੀ ਹਜ਼ੂਰੀ 'ਚ ਕਹਿ ਰਿਹਾ, ਮੇਰੀ ਇੱਕ ਇੱਕ ਭੈਣ ਉੱਡ ਸਕਦੀ, ਮੇਰੀ ਇੱਕ ਇੱਕ ਮਾਤਾ ਉੱਡ ਸਕਦੀ। ਇੱਥੇ ਬਜ਼ੁਰਗ ਦੀ ਕਹਾਣੀ ਕੋਈ ਨਹੀਂ, ਇੱਥੇ ਬਜ਼ੁਰਗ ਦੀ ਅਤੇ ਬੱਚੇ ਦੀ ਕਹਾਣੀ ਕੋਈ ਨਹੀਂ। ਇੱਥੇ 8 ਸਾਲ ਦਾ ਗੁਰੂ ਬਣ ਸਕਦਾ ਹੈ, ਇੱਥੇ 5 ਸਾਲ ਦਾ ਪ੍ਰਹਲਾਦ ਗੁਰੂ ਗ੍ਰੰਥ ਸਾਹਿਬ ਵਿੱਚ ਬਹਿ ਸਕਦਾ ਹੈ, ਇੱਥੇ 5 ਸਾਲ ਦਾ ਧਰੂ ਗੁਰੂ ਗ੍ਰੰਥ ਸਾਹਿਬ 'ਚ ਬਹਿ ਸਕਦਾ ਹੈ, ਇੱਥੇ ਗਣਕਾਂ ਵਰਗੀ ਪਾਪਣ ਗੁਰੂ ਗ੍ਰੰਥ ਸਾਹਿਬ 'ਚ ਬਹਿ ਸਕਦੀ। ਮੋੜਦਾ ਹੀ ਕੋਈ ਨਹੀਂ। ਹਾਂ, ਤੁਸੀਂ ਆਓ ਉੱਡੋ। ਇੱਕੋ ਹੀ ਚੀਜ਼ ਆ, ਪ੍ਰਹਲਾਦ ਨੂੰ ਵੀ ਖੰਭ ਆ ਲੱਗੇ ਸੀ, ਨਹੀਂ ਛੋਡੂ ਰੇ ਬਾਬਾ ਵਾਹਿਗੁਰੂ 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 ਨੂੰ ਵਿਚਾਰ ਲਈਏ। ਹਰ ਨਾਮਾ, ਤੁਸੀਂ ਸੋਚਦੇ ਹੋ ਰੱਬ ਦਾ ਕੋਈ ਵੱਖਰਾ ਰੰਗ ਆ? ਆ ਜਿਹੜਾ ਵਾਹਿਗੁਰੂ ਕਹਿ ਰਹੇ ਹੋ ਨਾ, ਵਾਹਿਗੁਰੂ ਇਹ ਰੱਬ ਦਾ ਰੰਗ ਹੈ। ਅੱਜ ਸਵੇਰੇ ਉੱਥੇ ਕਥਾ ਕੀਤੀ, ਤੁਸੀਂ ਸੁਣੀ, ਕੀ ਭਲਾ ਦੱਸੋਗੇ? ਭੁੱਲ ਗਈ ਮਾਸਟਰ ਜੀ? ਨਹੀਂ, ਜਿਹੜੀਆਂ ਗੱਲਾਂ ਕਹੀਆਂ ਵੀ ਮਹਾਰਾਜ ਜੀ ਮੇਰਾ ਕੱਪੜਾ ਰੰਗ ਦਿਓ, ਸਾਹਿਬ ਜੀ ਮੇਰਾ ਕੱਪੜਾ, ਅਤੇ ਇਹਨੇ ਅੱਗੋਂ ਪੁੱਛਿਆ ਦਵਿੰਦਰ ਸਾਹਿਬ ਤੈਨੂੰ ਕਿਸ ਤਰ੍ਹਾਂ ਪਤਾ ਵੀ ਮੈਂ ਕੱਪੜੇ ਰੰਗਦਾ? ਮੈਂ ਕੋਈ ਲਲਾਰੀ ਹਾਂ? ਕੱਪੜੇ 'ਤੇ ਲਲਾਰੀ ਰੰਗਦੇ ਨੇ, ਮੈਂ ਕੋਈ? ਇੱਧਰ ਵੇਖੋ ਜੀ ਤੁਸੀਂ, ਗੁਰੂ ਗ੍ਰੰਥ ਸਾਹਿਬ ਸਤਿਕਾਰ ਕਰਨਾ, ਟਿਕ ਕੇ ਤੁਹਾਡੇ 'ਤੇ ਮੈਨੂੰ ਬੜਾ ਮਾਣ ਆ ਗੁਰੂ ਕੇ ਸਿੱਖੋ। ਸਿੱਖ 'ਤੇ ਉਸ 'ਤੇ ਮਾਣ ਨਹੀਂ ਕਰਦਾ ਚਾਹੀਦਾ ਜਿਹਦੇ ਕੋਲ 50 ਕਿੱਲੇ ਪੈਲੀ ਹੈ, ਉਹਦੇ 'ਤੇ ਮਾਣ ਕਰੋ, ਉਹਨੂੰ ਮਿੱਤਰ ਬਣਾਓ ਜਿਨ੍ਹਾਂ ਦੇ ਪੱਲੇ ਨਾਮ ਹੈ। ਲੋਕੋ ਮਿੱਤਰ, ਨਾਨਕ ਮਿੱਤਰਾਈ ਤਿਸ ਸੰਗ, ਬੋਲੋ ਮਿੱਤਰਾਈ ਮੈਨੇ ਮਿੱਤਰ ਕਰ, ਸਭ ਕੁਛ ਜਾ ਕੇ ਹਾਥ ਕਮਿੱਤਰਾ ਸਹੀ ਕਾਂਢੀਏ, ਕਮਿੱਤਰਾ ਇੱਕ ਮਿੱਤਰ, ਇੱਕ ਕਮਿੱਤਰ ਸਹੀ ਕਾਂਢੀਏ, ਇੱਕ ਵਿਖ ਨਾ ਚੱਲੇ ਸਾਥ, ਇੱਕ ਕਦਮ ਵੀ ਜਿਹੜੇ ਨਾਲ ਨਾ ਤੁਰਨ ਉਹਨੂੰ ਕਮਿੱਤਰ ਮੰਨਿਓ, ਜਿਹੜੇ ਨਾਲ ਜਾਣ ਉਹਨਾਂ ਨੂੰ ਮਿੱਤਰ ਮੰਨੋ। ਸਮਝ ਲਿਆ ਜੀ? ਹੁਣ ਮੈਨੂੰ ਦੁਬਾਰਾ ਨਾ ਕਹਿਣਾ ਪਿਆ, ਆਖੋ ਵਾਹਿਗੁਰੂ ਵੀ ਤੁਹਾਨੂੰ ਕਿਸ ਤਰ੍ਹਾਂ ਪਤਾ ਵੀ ਮੈਂ ਕੱਪੜੇ ਰੰਗਦਾ? ਮੈਂ ਕੋਈ ਲਲਾਰੀ ਥੋੜ੍ਹਾ? ਕਹਿੰਦੇ ਮੈਨੂੰ ਦੱਸਿਆ ਹੈ। ਆਖੋ ਵਾਹਿਗੁਰੂ ਕਿਹਦਾ ਨਾਂ ਲਿਆ ਸੀ ਸਵੇਰੇ? ਇਹ ਤਾਜ਼ੀ ਜੇ ਦਵਿੰਦਰ ਸਿੰਘ ਅਜੇ ਸਵੇਰ ਦੀ ਕਥਾ, ਕਿੱਥੇ ਇਹਨਾਂ ਨੂੰ ਚੇਤਾ ਰਹਿਣਾ ਹੈ ਰੱਬ ਦੀ ਗੱਲ ਦਾ? ਚੁਗਲੀ ਕਿਸੇ ਨੇ ਕੀਤੀ ਹੋਵੇ 100 ਸਾਲ ਪੁਰਾਣੀ, ਉਹ ਵੀ ਚੇਤੇ ਆ, ਚੇਤੇ ਆ ਕਿ ਨਹੀਂ, ਬੋਲੋ ਗੁਰੂ ਕ੍ਰਿਸ਼ਨ। ਕਿਸੇ ਨੇ ਇੱਕ ਵਾਰ ਗਹਿਰੀ ਅੱਖ ਨਾਲ ਵੇਖਿਆ ਹੋਵੇ, ਉਹ ਵੀ ਉਹਨੇ ਚੇਤਾ ਹੈ। ਇਹਨੇ ਭਾਅ ਜੀ ਮੇਰੇ ਵੱਲ ਬੜਾ ਔਖਾ ਵੇਖਿਆ ਹੈ,
ਅਤੇ ਪੀਰ ਬੁੱਢਣ ਸ਼ਾਹ ਨੇ ਹੱਥ ਜੋੜ ਕੇ ਆਖਿਆ ਜੇ ਸ਼ੇਰ ਨੂੰ ਰੰਗ ਸਕਦਾ ਨਾ ਆਦਮਖੋਰ ਨੂੰ ਨਹੀਂ ਪਤਾ ਲੱਗਾ ਇਹ ਲਲਾਰੀ ਜੇ ਅਤੇ ਤੁਸੀਂ ਸਵਾਲ ਕਰਨਾ ਮੇਰੇ ਉੱਤੇ ਵਿੱਚ ਸੁਰਤ ਚੱਲਦੇ ਸੁਰਤੀ ਰੌਲਾ ਪਾਉਂਦੀ ਸਰੀਰ ਥੋੜ੍ਹਾ ਪਾਉਂਦਾ ਹੈ ਸੁਰਤ ਕਹਿਣ ਡੀ ਵਿੱਚੋਂ ਵੀ ਗਰਮੀ ਲੱਗ ਰਹੀ ਕਰ ਅਤੇ ਸਮਝ ਲਓ ਫਿਰ ਸਰੀਰ ਤੱਕ ਬੈਠੀ ਜਿਹਦੀ ਸੁਰਤ ਤਾਂ ਚੜ ਗਈ ਉਹਨੂੰ ਕਿੱਥੇ ਠੰਡ ਲੱਗਦੀ ਕਿੱਥੇ ਗਰਮੀ ਲੱਗਦੀ ਸਿਰ ਦੇ ਵਿੱਚ ਰੇਤ ਪੈ ਰਹੀ ਮਗਰ ਉਹਨੂੰ ਨਹੀਂ ਸੀ ਪਤਾ ਲੱਗਾ ਮੇਰੇ ਸਿਰ 'ਚ ਤੱਤੀ ਸੁਰਤ ਸ਼ਬਦ ਵਿੱਚ ਗਈ ਸੀ ਸਾਡੇ ਚਰਨਾਂ ਸਦਕਾ ਇੱਕ ਕੋਸ਼ਿਸ਼ ਆ ਵੀ ਆਪਾਂ ਅੰਮ੍ਰਿਤ ਛਕੀਏ ਜਿਸ ਜਥੇਬੰਦੀ ਦਾ ਕੋਈ ਨਾਮ ਨਾ ਹੋਵੇ ਅੰਮ੍ਰਿਤ ਜ਼ਰੂਰ ਛਕੀਏ ਜੀਵਨ ਵਾਲੇ ਸਿੰਘਾਂ ਤੋਂ ਸਕੀਏ ਆਖ ਵਾਹਿਗੁਰੂ ਗੱਜ ਗੱਜ ਕੇ ਬੋਲੋ ਅਤੇ ਇਹ ਵੀ ਬੇਨਤੀ ਕੀਤੀ ਵੀ ਤੁਸੀਂ ਜਿਹੜੇ ਪੰਜ ਪਿਆਰੇ ਬਾਟੇ ਦੇ ਵਿੱਚ ਖੰਡਾ ਫੇਰਦੇ ਆ ਨਾ ਇੱਕ ਮਿੰਟ ਲਈ ਉਹਨਾਂ ਤੋਂ ਆਪਣੀਆਂ ਅੱਖਾਂ ਚੁੱਕ ਲਓ ਤੁਸੀਂ ਉਹਦੇ 'ਚ ਧਿਆਨ ਲੈ ਲਓ ਜਿਹੜੀ ਬਾਣੀ ਪੜ੍ਹੀ ਜਾ ਰਹੀ ਜਿਹੜੀ ਹੁਣ ਜਪਜੀ ਸਾਹਿਬ 'ਤੇ ਕਿਸੇ ਜਥੇਬੰਦੀ ਦਾ ਨਹੀਂ ਬੋਲੋ ਨਾ ਇੱਕ ਵਾਰ ਪਤਾ ਲੱਗ ਰਿਹਾ ਕਿ ਨਹੀਂ ਜਾਪ ਸਾਹਿਬ 'ਤੇ ਕਿਸੇ ਜਿੱਦਣ ਤੁਸੀਂ ਬੰਦੇ ਨਾਲੋਂ ਹਟ ਕੇ ਸ਼ਬਦ ਨਾਲ ਜੁੜ ਜਾਓਗੇ ਸਾਰੀ ਮਨੁੱਖਤਾ ਇੱਕ ਹੋ ਜਾਊਗੀ ਆਓ ਇਹ ਤਰ੍ਹਾਂ ਦਾ ਇੱਕ ਉਦਮ ਕੀਤਾ ਜਾ ਰਿਹਾ ਹੈ ਸਾਰੀ ਕੌਮ ਨੂੰ ਆਨੰਦਪੁਰ ਸਾਹਿਬ ਇਕੱਠਿਆਂ ਕਰੀਏ ਆਖ ਵਾਹਿਗੁਰੂ ਬਾਬਾ ਜਰਨੈਲ ਸਿੰਘ ਸਾਹਿਬ ਦਾ ਇੱਕ ਕਲਿੱਪ ਕੱਢ ਕੇ ਸੁਣਿਆ ਉਹਨਾਂ ਨੂੰ ਇੱਕ ਪੱਤਰਕਾਰ USA ਦਾ ਪੁੱਛਦਾ ਹੈ ਵੀ ਤੁਸੀਂ ਕਹਿੰਦੇ ਹੋ ਰਾਜ ਕਰੇਗਾ ਖਾਲਸਾ ਧਿਆਨ ਦਿਓ ਜੀ ਕਿਹਨੂੰ ਪੁੱਛਦੇ ਬਾਬਾ ਜਰਨੈਲ ਜਾਣਦੇ ਹੋ ਅੱਛਾ ਕਿਤੇ ਭੁੱਲ ਨਾ ਜਾਇਓ ਤੁਸੀਂ ਕਹਿੰਦੇ ਰਾਜ ਕਰੇਗਾ ਖਾਲਸਾ ਹੋਊਗਾ ਕਿੱਦਣ ਅਤੇ ਉਹ ਕਲਿੱਪ ਕੱਢ ਕੇ ਸੁਣਿਓ ਤੁਸੀਂ ਜਾ ਕੇ ਪਾ ਕੇ ਉਹ ਕਹਿੰਦੇ ਜਿੱਦਣ ਇਹ ਸਾਰੇ ਆਨੰਦਪੁਰ ਸਾਹਿਬ ਚਲ ਜਾਣਗੇ ਇਹਨਾਂ ਨੂੰ ਪਿਓ ਥਾਲੀ 'ਚ ਪਰੋਸ ਕੇ ਰਾਜ ਦੇ ਦਿਓ ਅਸੀਂ ਘਰ ਹੀ ਨਹੀਂ ਜਾ ਰਹੇ ਘਰ ਜਾਓ ਤੁਹਾਡਾ ਘਰ ਹੈ ਤੁਹਾਡੇ ਬਾਪ ਦਾ ਨਾਮ ਗੁਰੂ ਗੋਬਿੰਦ ਸਿੰਘ ਹੈ ਮਾਤਾ ਦਾ ਨਾਮ ਮਾਤਾ ਸਾਹਿਬ ਕੌਰ ਹੈ ਅਤੇ ਵਾਸੀ ਤੁਸੀਂ ਆਓ ਆਨੰਦਪੁਰ ਸਾਹਿਬ ਵਾਲੇ ਬਣੀਏ ਮੇਰਾ ਉੱਥੇ ਕੋਈ ਡੇਰਾ ਨਹੀਂ ਆਖੋ ਵੀ ਇਹਨਾਂ ਨਾਲ ਟੁੱਟਕਣ ਤੇਰੇ ਡੇਰੇ ਨਾਲ ਜੁੜ ਡੇਰਾ ਤੁਹਾਡਾ ਹੈ ਮੈਂ ਚੌਂਕੀਦਾਰ ਹਾਂ ਤੁਹਾਨੂੰ ਪੰਜਾਂ ਪਿਆਰਿਆਂ ਨੇ ਕਿਹਾ ਤੁਸੀਂ ਵਾਸੀ ਸ੍ਰੀ ਅਤੇ ਆਪਣੇ ਘਰ ਆਓ ਮੈਂ ਤੁਹਾਡੇ ਜੋੜੇ ਚੜੂੰ ਮੇਰਾ ਕੋਈ ਡੇਰਾ ਨਹੀਂ ਉੱਥੇ ਮੇਰਾ ਡੇਰਾ ਸ੍ਰੀ ਕੇਸਗੜ੍ਹ ਸਾਹਿਬ ਆ ਤੁਸੀਂ ਵੀ ਬਣਾਓ ਆਖੋ ਵਾਹਿਗੁਰੂ ਗੱਜ ਕੇ ਬੋਲੋ ਨਾ ਤੁਸੀਂ ਵੀ ਆਪਣਾ ਡੇਰਾ ਕੇਸਗੜ੍ਹ ਸਾਹਿਬ ਨੂੰ ਬਣਾਓ ਪਿਤਾ ਗੁਰਦੇਵ ਗੁਰੂ ਗੋਬਿੰਦ ਸਿੰਘ ਨੂੰ ਗਲ ਵੱਕੜੀਆਂ ਪਾਓ ਅਤੇ ਮੈਂ ਗੁਰੂ ਦੀ ਹਜ਼ੂਰੀ 'ਚ ਕਹਿੰਦਾ ਜੇ ਜਿਹੜਾ ਜਿਹੜਾ ਬੰਦਾ ਆਨੰਦਪੁਰ ਸਾਹਿਬ ਬਣ ਕੇ ਝਾੜੂ ਮਾਰਦਾ ਜੋੜੇ ਝਾੜਦਾ ਹੈ ਜੇ ਤਿੰਨ ਦਿਨ ਰਹਿੰਦਾ ਹੈ ਨਾ ਅਤੇ ਤਿੰਨ ਦਿਨ ਦੇ ਵਿੱਚ ਇੱਕ ਵਾਰ ਗੁਰੂ ਗੋਬਿੰਦ ਸਿੰਘ ਜੀ ਕਿਸੇ ਰੂਪ 'ਚ ਉਹਨੂੰ ਮਿਲਦੇ ਹੈ ਵੇਖ ਆਇਓ ਮਾਸਟਰ ਜੀ ਗਵਾਹ ਬੈਠੇ ਤਿੰਨ ਦਿਨ ਰਹਿ ਕੇ ਆਏ ਇਹ ਕਹਿੰਦੇ ਮੈਨੂੰ ਵੀ ਮਿਲਿਆ ਤੁਹਾਨੂੰ ਤੁਸੀਂ ਵੀ ਕਹੋਗੇ ਫਿਜ਼ੀਕਲੀ ਸਰੀਰ 'ਚ ਮਿਲਿਆ ਕਿਸੇ ਰੂਪ 'ਚ ਮੈਂ ਮਹਿਸੂਸ ਕੀਤਾ ਇਹ ਗੱਲਾਂ ਗੁਰੂ ਗੋਬਿੰਦ ਸਿੰਘ ਤੋਂ ਬਿਨਾਂ ਕੋਈ ਨਹੀਂ ਕਰ ਸਕਦਾ ਆਓ ਉਸ ਮਾਲਕ ਦੇ ਘਰ ਚੱਲੀਏ ਕਿੰਨਾ ਕੁ ਚਿਰ ਜ਼ਿੰਦਗੀ ਇੱਧਰ ਉੱਧਰ ਭਟਕ ਕੇ ਕੱਢਾਂਗੇ ਸਿੱਧੇ ਆਓ ਆਨੰਦ ਪਿੰਡ ਦਾ ਦੀਵਾਨ ਹੈ ਇੱਕ ਕਿਹੜਾ ਪਿੰਡ ਹੈ ਜੀ ਹਾਂਜੀ ਕੁੱਥੀ ਪਿੰਡ ਬਹਿਰਾਮ ਦੇ ਕੋਲ ਉੱਥੇ ਵੀ 12 ਤੋਂ 1 ਹੈ
ਕੱਲ੍ਹ ਸ਼ਾਮ ਨੂੰ ਤੁਹਾਡੇ ਫਿਰ ਜੋੜੇ ਝੜਨੇ ਨੇ, ਆਇਓ ਬੈਠਿਓ, ਚੌਂਕੜੇ ਮਾਰਿਓ, ਗੁਰੂ ਰਾਮਦਾਸ ਸਾਰਿਆਂ ਨੂੰ ਸ਼ਾਂਤੀ ਬਖਸ਼ੇ, ਨਿਤਨੇਮ ਦੀ ਦਾਤ ਬਖਸ਼ੇ। ਵਾਹਿਗੁਰੂ ਜੀ ਕਾ ਖਾਲਸਾ।